जस्टिव देख रहे हो तुसीं, मैं केपी सिंह तुहाडा स्वागत करदा। 555वें प्रकाश पुरब समागमां दे लई लगातार सियासत जारी है। इस सब दे विचाले सरकार कुछ ना कुछ नवा करन दी कोशिश विच आपदे आप नूं दिखा रही है कि है, पर इस सब मुद्दे ते सियासी बयानबाजी इन्नी हो रही है कि सोचना पै रहा कि प्रकाश पुरब समागमां दे विच जिहड़ा सांझीवालता दा फलसफा कितें आउट तां नहीं हो जाएगा। बहुत सारे सवाल इहो जिहे तां उठदे हैगे जदों सुखबीर सिंह बादल ਤੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਆਉਣ ਤੇ ਉਸ ਬਿਆਨ ਤੋਂ ਬਾਅਦ ਸਰਕਾਰ ਦੇ ਤਿੰਨ ਮੰਤਰੀ ਬਿਆਨ ਦੇਣ ਤੇ ਉਹਨਾਂ ਬਿਆਨਾਂ ਤੋਂ ਬਾਅਦ ਸਿਆਸਤ ਤੇ ਸਵਾਲ ਕਰੇ ਕਿ ਇਹੋ ਜਿਹੇ ਅਟੈਕ ਕਿਉਂ ਕੀਤੇ ਜਾ ਰਹੇ ਆ। ਆਮ ਸੰਗਤ ਆ ਜਿਹੜੀ ਉਹ ਸੋਚ ਰਹੀ ਹੈਗੀ ਹੈ ਕਿ ਸਾਂਝੀਵਾਲਤਾ ਦੇ ਸਮਾਗਮ ਵਿੱਚ ਸਿਆਸਤ ਕਿਉਂ ਹੋ ਰਹੀ ਹੈ, ਸਵਾਲ ਇੱਕੋ ਪੁੱਛਿਆ ਜਾਵੇਗਾ, ਬਾਦਲਾਂ ਤੇ ਸਰਕਾਰ ਦਾ ਟ੍ਰਿਪਲ ਅਟੈਕ ਕਿਉਂ? ਅੱਜ ਬਹਿਸ ਕਿਉਂ ਕਰ ਰਿਹਾ ਟੂ ਦਾ ਪੁਆਇੰਟ ਵੀ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸੀ ਹੈ। 550ਵੇਂ ਗੁਰਪੁਰਬ ਸਮਾਗਮਾਂ ਮੌਕੇ ਸੂਬਾ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿੱਚ ਸਾਂਝ ਅਤੇ ਸਸਪੈਂਸ ਬਰਕਰਾਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਮਾਗਮਾਂ ਬਾਰੇ ਸਰਕਾਰ ਨੂੰ ਨਸੀਹਤ ਦੇਣ ਤੇ ਸਿਆਸੀ ਘਮਸਾਨ ਮੱਚ ਗਿਆ। ਸੁਖਬੀਰ ਸਿੰਘ ਬਾਦਲ ਨੇ ਸ਼ਤਾਬਦੀ ਸਮਾਗਮ ਮੌਕੇ ਬਿਹਾਰ ਦੀ ਨੀਤੀਸ਼ ਸਰਕਾਰ ਦੀ ਵੀ ਉਦਾਹਰਨ ਦਿੱਤੀ ਸੀ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਨੇ ਸੁਖਬੀਰ ਸਿੰਘ ਬਾਦਲ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਹਰਸਿਮਰਤ ਕੌਰ ਬਾਦਲ ਨੇ ਡੇਰਾ ਬਾਬਾ ਨਾਨਕ ਜਾ ਕੇ ਬਿਆਨ ਦਿੱਤੇ ਸੀ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਅਤੇ ਤ੍ਰਿਪਤ ਰਜਿੰਦਰ ਬਾਜਵਾ ਨੇ ਬਾਦਲ ਜੋੜੀ ਨੂੰ ਘੇਰਿਆ। ਅਕਾਲੀਆਂ ਨਾਲ ਮਤਭੇਦ, ਸ਼੍ਰੋਮਣੀ ਕਮੇਟੀ ਨਾਲ ਨਹੀਂ, ਕਬਜ਼ੇ ਵਾਲੀ ਸਿਆਸਤ ਨਹੀਂ ਕਰਨ ਦੇਵਾਂਗੇ, ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਬਿਆਨ ਆਇਆ। ਸਮਾਗਮਾਂ ਤੋਂ ਦੂਰ ਰਹਿਣ ਵਾਲਾ ਸੁਖਬੀਰ ਸਿੰਘ ਬਾਦਲ ਦਾ ਬਿਆਨ, ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ, ਚਰਨਜੀਤ ਚੰਨੀ ਨੇ ਕਿਹਾ। ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਬਿਹਾਰ ਸਰਕਾਰ ਨੇ ਮਨਾਇਆ ਸੀ, ਗੁੰਮਰਾਹ ਨਾ ਕਰੇ ਸੁਖਬੀਰ ਬਾਦਲ, ਇਹ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ। ਬਿਆਨ ਕੀਤੇ ਜਾ ਰਿਹਾ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ, ਪਹਿਲਾਂ ਸੁਣ ਕੇ। ਕੋਈ ਬੇਨਤੀ ਕਰਨਾ ਚਾਹੁੰਦਾ ਰੰਧਾਵਾ ਸਾਹਿਬ ਨੂੰ ਅਤੇ ਕਮੇਟੀ ਦੇ ਮੈਂਬਰ ਨੂੰ ਅਤੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹੈ, ਇਹਦੇ 'ਚ ਆਪਾਂ ਸਿਆਸਤ ਦੀ ਕੀ ਲੋੜ ਹੈ? ਦੇਖੋ, ਹਰ ਚੀਜ਼ ਦਾ ਕੰਮ ਹੁੰਦਾ, ਸਰਕਾਰਾਂ ਦਾ ਅਲੱਗ ਕੰਮ ਹੁੰਦਾ, ਧਾਰਮਿਕ ਸੰਸਥਾਵਾਂ ਦਾ ਅਲੱਗ ਕੰਮ ਹੁੰਦਾ। ਜਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀਦੀ ਹੈ, ਸਾਰੇ ਸਮਾਗਮ ਜਿੰਨੀਆਂ ਵੀ ਸ਼ਤਾਬਦੀਆਂ ਅੱਜ ਤੱਕ ਮਨਾਈਆਂ ਗਈਆਂ, ਭਾਵੇਂ ਸੈਂਟਰ 'ਚ ਕਾਂਗਰਸ ਸਰਕਾਰ ਹੋਵੇ, ਭਾਵੇਂ ਸੂਬੇ 'ਚ ਕਾਂਗਰਸ ਸਰਕਾਰ ਹੋਵੇ, ਭਾਵੇਂ ਨਿਤੀਸ਼ ਕੁਮਾਰ ਜੀ ਨੇ ਪਟਨਾ ਵਿੱਚ ਮਨਾਈ ਹੋਏ, ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਥੱਲੇ ਹੋਇਆ ਪ੍ਰਧਾਨ ਜੀ, ਸਾਰੇ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਇਹਨਾਂ ਨੂੰ ਕੀ ਪ੍ਰਸਟੀਜ ਇਸ਼ੂ ਹੈ? ਤੁਸੀਂ ਕੋਈ ਨਵਾਂ ਇਤਿਹਾਸ ਕਰਨਾ ਚਾਹੁੰਦੇ ਹੋ? ਤੁਸੀਂ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਜ਼ਿਆਦਾ ਪੰਥਕ ਹੋ? ਇੱਕ ਐਂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਸੰਸਥਾ ਨਹੀਂ ਹੈ, ਸਿੱਖ ਪੰਥ ਦੀ ਸੰਸਥਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਮਤਭੇਦ ਨਹੀਂ ਗੇ, ਮਤਭੇਦ ਸ਼੍ਰੋਮਣੀ ਅਕਾਲੀ ਦਲ ਨਾਲ, ਅਕਾਲੀ ਦਲ ਨਾਲ ਆ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਦੇ ਵੀ ਆਪਣੇ ਮਤਭੇਦ ਸਰਕਾਰ ਨੇ ਨਹੀਂ ਰੱਖੇ, ਸਿਰਫ ਉੱਥੇ ਮਤਭੇਦ ਆ ਜੇ ਡੇਰਾ ਬਾਬਾ ਨਾਨਕ ਆ ਕੇ ਸੁਖਬੀਰ ਬਾਦਲ ਐਸ ਜੀ ਪੀ ਸੀ ਦੀ ਗੱਲ ਕਰੇਗਾ, ਉਹ ਕਦੀ ਬਰਦਾਸ਼ਤ ਨਹੀਂ ਹੋਏਗੀ, ਕਿਉਂਕਿ ਇਹ ਇੱਕ ਅਕਾਲੀ, ਇਹ ਇੱਕ ਗਰੁੱਪ ਆ, ਇੱਕ ਪਾਰਟੀ ਆ। ਜੇ ਇੱਕ ਪਾਰਟੀ ਜਿਹੜੀ ਆ ਕਬਜ਼ਾ ਕਰਨੀ ਚਾਹੁੰਦੀ ਆ, ਉਹ ਕਬਜ਼ਾ ਜਿਹੜਾ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਜੇ ਅਕਾਲੀ ਦਲ ਦਾ ਪ੍ਰੈਜੀਡੈਂਟ ਉਸ ਸਟੇਜ 'ਤੇ ਕਹਿੰਦਾ ਕਿ ਸਾਡੇ ਕੋਲ ਕਬਜ਼ਾ ਹੋਣਾ ਚਾਹੀਦਾ, ਉਹਦੇ ਉੱਤੇ ਬੀ ਜੇ ਪੀ ਦੇ ਪ੍ਰਧਾਨ ਸਾਹਿਬਾਨ ਵੀ ਬੈਠਣਗੇ ਨਾਲ, ਉਹਦੇ 'ਚ ਆਮ ਆਦਮੀ ਪਾਰਟੀ ਵੀ, ਉਹਦੇ 'ਚ ਐੱਲ ਆਈ ਪੀ ਜਿਹੜੀ ਲੇਪੇ ਆ ਉਹਦਾ ਵੀ ਪ੍ਰਧਾਨ ਬੈਠੇਗਾ, ਉਹਦੇ 'ਚ ਬਾਕੀ ਸੀ ਪੀ ਆਈ, ਸੀ ਪੀ ਐੱਮ ਜਾਂ ਜਿੰਨੀਆਂ ਵੀ ਪਾਰਟੀਆਂ ਨੇ, ਬਹੁਜਨ ਸਮਾਜ ਪਾਰਟੀ, ਉਹ ਮੈਂ ਕਿਹਾ ਸੀ ਜਦੋਂ ਉਸ ਵੇਲੇ ਗਿਆ ਸੀ ਕਿ ਸਾਰੇ ਬੈਠਣਗੇ। ਇਹ ਸਰਬ ਸਾਂਝੀਵਾਲਤਾ ਦਾ ਉਦੇਸ਼ ਹੈ, ਇਕੱਲਾ ਅਕਾਲੀ ਦਲ ਦਾ ਨਹੀਂ। ਵੱਡਾ ਸਵਾਲ ਇੱਕੋ ਹੀ ਪੁੱਛਾਂਗੇ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ 550ਵੇਂ ਗੁਰਪੁਰਬ ਸਮਾਗਮਾਂ ਦੇ ਬਹਾਨੇ ਸਿਆਸਤ ਕਿਹੜਾ ਏਜੰਡਾ ਸੈੱਟ ਕਰਨ ਵਿੱਚ ਲੱਗੀ ਹੈ, ਇਸ ਸਵਾਲ 'ਤੇ ਬਹਿਸ ਕਰਾਂਗੇ। ਪਹਿਲਾਂ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ, ਡਾਕਟਰ ਉਦਰਸ਼ਨ ਸਿੰਘ ਢਿੱਲੋਂ, ਸਿੱਖ ਬੁੱਧੀਜੀਵੀ ਨੇ, ਬੜੀਆਂ ਇਹਨਾਂ ਨੇ ਕਿਤਾਬਾਂ ਲਿਖੀਆਂ ਹੈਗੀਆਂ, ਵਿਦਵਾਨ ਦੇ ਤੌਰ 'ਤੇ ਜਾਣੇ ਜਾਂਦੇ ਹੈਗੇ ਆ। ਡਾਕਟਰ ਉਦਰਸ਼ਨ ਸਿੰਘ ਢਿੱਲੋਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦਾ ਕੋਈ ਰਾਹ ਹੈਗਾ ਜਾਂ ਸਾਂਝੀਵਾਲਤਾ ਦਾ ਫਲਸਫਾ ਹੈਗਾ, ਉਸ ਨੂੰ ਉਤਰਾਤਲ 'ਤੇ ਹੀ ਉਤਾਰ ਸਕਦੇ ਹਾਂ ਕਿ ਨਹੀਂ। ਢਿੱਲੋਂ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ, ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਿਮਰਨ ਸਹਿਜਪਾਲ, ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ, ਸਹਿਜਪਾਲ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟਿਕਲ ਐਨਲਿਸਟ ਦੇ ਤੌਰ 'ਤੇ ਵਿਚਰਦੇ ਨੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਧਾਰਨੀ ਸਾਹਿਬ ਤੁਹਾਨੂੰ ਕਰਨ ਜੋਗਾ, ਧਾਰਨੀ ਸਾਹਿਬ ਕਾਂਗਰਸ ਦਾ ਬੁਲਾਰਾ ਤਾਂ ਅੱਜ ਕੱਲ੍ਹ ਕੋਈ ਡਿਬੇਟ 'ਚ ਆ ਨਹੀਂ ਰਿਹਾ, ਧਾਰਨੀ ਸਾਹਿਬ ਪਰ ਤੁਹਾਡੇ 'ਤੇ ਟ੍ਰਿਪਲ ਅਟੈਕ ਕਿਉਂ ਕੀਤਾ ਜਾ ਰਿਹਾ? ਦੇਖੋ ਕੇ ਪੀ ਜੀ, ਜਿੱਥੋਂ ਤੱਕ ਤਾਂ ਰੰਧਾਵਾ ਸਾਹਿਬ ਦੇ ਬਿਆਨਾਂ ਦੀ ਗੱਲ ਹੈਗੀ ਆ, ਮੈਨੂੰ ਲੱਗਦਾ ਵੀ ਉਹ ਲੋਕ ਵੀ ਪੰਜਾਬ ਦੇ ਜਿਹੜੇ ਹੈਗੇ ਉਹਨਾਂ ਨੂੰ ਤਾਂ ਸੀਰੀਅਸ ਲੈਣ ਤੋਂ ਹਟ ਗਏ। ਉਹਨਾਂ ਨੂੰ ਪਤਾ ਨਹੀਂ ਕੀ ਉਹਨਾਂ ਦੇ, ਜਿਸ ਤਰ੍ਹਾਂ ਕੋਈ ਫਰਸਟ੍ਰੇਸ਼ਨ ਉਹਨਾਂ ਦੇ ਅੰਦਰ ਉੱਠ ਰਹੀ ਹੁੰਦੀ ਆ, ਉਹ ਇਸ ਤਰ੍ਹਾਂ ਦੇ ਬਿਆਨ ਦੇਈ ਜਾਂਦੇ ਆ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬਿਲਕੁਲ ਕਲੀਅਰ ਕਰਤਾ ਸਾਰੇ ਦਾ ਸਾਰਾ ਮਸਲਾ। ਕੁਛ ਚੈਨਲਾਂ ਨੇ ਪਿਛਲੇ ਦਿਨੀ ਇਹ ਚਲਾਇਆ ਕਿ ਜੀ ਉੱਥੇ 4 ਕੁਰਸੀਆਂ ਲੱਗਣਗੀਆਂ, ਉੱਥੇ 6 ਕੁਰਸੀਆਂ ਲੱਗਣਗੀਆਂ। ਉਹਨਾਂ ਨੇ ਬਿਲਕੁਲ ਇਸ ਚੀਜ਼ ਨੂੰ ਕਲੀਅਰ ਕਰਤਾ, ਉਹ ਇੱਕ ਚੈਨਲ ਦੇ ਉਹਦੇ ਨਾਲ, ਐਡੀਟਰ ਨਾਲ, ਕਿ ਬਿਲਕੁਲ ਕੋਈ ਐਸੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਦੇ ਵਿੱਚ ਜਿਹੜਾ ਹੈਗਾ ਸਾਰੇ ਸਮਾਗਮ ਹੋਣਗੇ,
कोई बंदा जिहड़ा हैगा गुरु ग्रंथ साहिब दे सामने कुर्सियां ला के नहीं बैठूगा, जिहड़ा भी बैठूगा उहनां दी छत्र छाया दे विच नीचे पुंजे बैठूगा और जिहड़े प्रोग्राम हैगे आ उह इस हिसाब नाल ही मनाए जाणगे। ਕੋਈ ਇਹਦੇ ਵਿੱਚ ਸਿਆਸਤ ਵਾਲੀ ਕੋਈ ਗੱਲ ਨਹੀਂ, ਨਾ ਹੀ ਕਿਸੇ ਨੂੰ ਕੋਈ ਸਰਵਉੱਚਤਾ ਦੇਣਾ। ਡਿਬੇਟ ਮੋੜਨੀ ਹੁੰਦੀ ਆਦਰ ਤਰੀਕੇ ਨਾਲ ਧਾਰਨੀ ਸਾਹਿਬ ਮੋੜ ਲੈਂਦੇ ਹੋ ਡਿਬੇਟ, ਤੁਸੀਂ ਸਵਾਲ ਕੋਈ ਹੋਰ ਕਰੋ, ਤੁਸੀਂ ਸਵਾਲ ਦਾ ਜਵਾਬ ਕੋਈ ਹੋਰ ਦਿੰਦੇ ਹੋ। ਸੁਖਜਿੰਦਰ ਰੰਧਾਵਾ ਦਾ ਤੁਸੀਂ ਇਹ ਬਿਆਨ ਤਾਂ ਸੁਣ ਲਿਆ ਹੈਗਾ, ਸੁਖਜਿੰਦਰ ਰੰਧਾਵਾ ਜਿਹੜੀ ਗੱਲ ਕਹਿ ਰਿਹਾ ਕਿ ਤੁਸੀਂ ਕਬਜ਼ੇ ਵਾਲੀ ਸਿਆਸਤ ਕਰਦੇ ਪਏ ਹੋ, ਉਹਦਾ ਜਵਾਬ ਤੁਸੀਂ ਦਿੰਦੇ ਨਹੀਂ ਪਏਗੇ। ਉਹੀ ਗੱਲ ਇਹ ਕਿਉਂ ਕੁਰਸੀਆਂ ਵਾਲੇ ਬਿਆਨ ਕਿਉਂ ਆ ਰਿਹਾ, ਮੈਂ ਕੁਰਸੀਆਂ ਵਾਲੇ ਬਿਆਨ ਕਿਉਂ ਆ ਰਿਹਾ, ਧਾਰਮਿਕ ਸਮਾਜ ਦੇ ਵਿੱਚ ਕੁਰਸੀਆਂ ਵਾਲੇ ਬਿਆਨ ਹੁੰਦੇ ਆ ਧਾਰਮਿਕ ਸਾਹਿਬ? ਬਿਲਕੁਲ ਤੁਹਾਡੇ ਇੱਕ ਉਹਨੇ ਚਲਾਇਆ, ਚਲੋ ਉਹ ਗੈਰ ਜ਼ਿੰਮੇਵਾਰ ਹੋਣਗੇ ਜਿਹੜੇ ਜਿਨ੍ਹਾਂ ਨੇ ਚਲਾਇਆ ਹੈ। ਮੈਡਮ ਵੀ ਨਾਲ ਹੀ ਸੀ, ਮੈਂ ਉਹਨੂੰ ਚੇਤ ਨਹੀਂ ਪੈਣਾ ਧਾਰਮਿਕ ਸਾਹਿਬ, ਮੈਨੂੰ ਸਵਾਲ ਦਾ ਜਵਾਬ ਦਿਓ, ਕਬਜ਼ੇ ਵਾਲੀ ਸਿਆਸਤ ਦਾ ਬਿਆਨ ਕਿਉਂ ਆ ਰਿਹਾ? ਬਿਲਕੁਲ ਕੋਈ ਕਬਜ਼ਾ ਨਹੀਂ ਹੈਗਾ, ਸ਼੍ਰੋਮਣੀ ਅਕਾਲੀ ਦਲ ਦਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਹੈਗਾ। ਜੋ ਪ੍ਰੋਗਰਾਮ ਜੋ ਸਮਾਗਮ ਹੋਣਗੇ ਔਰ ਸਰਬ ਸਾਂਝੀ ਵਾਲਤਾ ਦੇ ਸਮਾਗਮ ਹੋਣਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਦੇ ਥੱਲੇ ਹੀ ਹੋਣਗੇ, ਕੋਈ ਉਹਦੇ ਵਿੱਚ ਕੋਈ ਸ਼੍ਰੋਮਣੀ ਅਕਾਲੀ ਦਲ ਦਾ। ਤੁਹਾਡੇ ਪ੍ਰਧਾਨ ਸਾਹਿਬ ਇਹ ਬਿਆਨ ਦਿੰਦੇ ਪਏ ਕਿ ਬਿਹਾਰ ਸਰਕਾਰ ਦਾ ਪ੍ਰੋਗਰਾਮ ਵੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ? ਨਹੀਂ ਨਹੀਂ, ਉਹ ਇਸ ਤਰ੍ਹਾਂ ਨਹੀਂ ਕਿਹਾ ਹੈਗਾ ਉਹਨਾਂ ਨੇ, ਜੋ ਕਿਹਾ ਹੈਗਾ ਉਹਨਾਂ ਨੇ ਕਿਹਾ ਵੀ ਉੱਥੇ ਵੀ ਸ਼੍ਰੋਮਣੀ ਜਿਹੜੀ ਕਮੇਟੀ ਹੈਗੀ ਆ, ਚਾਹੇ ਉਹ ਪਟਨਾ ਸਾਹਿਬ ਦਾ ਹੈਗਾ, ਉਹਨਾਂ ਦੀ ਰਹਿਨਮਾਈ ਦੇ ਥੱਲੇ। ਇਹਦਾ ਮਤਲਬ ਪੰਜਾਬ ਸਰਕਾਰ ਦੇ ਮੰਤਰੀ ਵੀ ਤੁਹਾਨੂੰ ਸੀਰੀਅਸ ਨਹੀਂ ਲੈ ਰਹੇ, ਤੁਸੀਂ ਉਹਨਾਂ ਨੂੰ ਸੀਰੀਅਸ ਨਹੀਂ ਲੈਂਦੇ ਪਏ, ਉਹ ਤੁਹਾਨੂੰ ਸੀਰੀਅਸ ਨਹੀਂ ਲੈਂਦੇ ਪਏ। ਮੈਂ ਸੀਰੀਅਸ ਵਾਲੀ ਗੱਲ ਨਹੀਂ ਕਰਦਾ ਹੈਗਾ, ਮੈਂ ਤਾਂ ਰੰਧਾਵਾ ਸਾਹਿਬ ਦੀ ਗੱਲ ਦਾ ਕਿਸੇ ਦਾ ਜਵਾਬ ਹੀ ਨਹੀਂ ਦੇਣਾ ਚਾਹੁੰਦਾ। ਸਿਮਰਨ ਸਹਿਜਪਾਲ, ਇਸ ਮੁੱਦੇ ਸਿਆਸਤ ਕਿਉਂ ਹੋ ਰਹੀ ਹੈ? ਆਪਣੇ ਆਪ ਦੇ ਵਿੱਚ ਬਹੁਤ ਹੀ ਕਹਿ ਲਓ ਕਿ ਇਹੋ ਜਿਹਾ ਮਸਲਾ ਹੈ ਵੀ ਇਹਦੇ 'ਤੇ ਸਿਆਸਤ ਹੋਣੀ ਨਹੀਂ ਚਾਹੀਦੀ, ਪਰ ਦੇਖੋ ਇਹ ਪੰਜਾਬ ਦੀ ਇੱਕ ਬਹੁਤ ਵੱਡੀ ਇੱਕ ਕਹਿ ਲਓ ਕਿ ਸ਼ਰਮ ਵਾਲੀ ਗੱਲ ਆ ਸਾਡੇ ਸਾਰਿਆਂ ਲਈ ਕਿ ਇਹਦੇ ਇਸ ਮੁੱਦੇ ਦੇ ਉੱਤੇ ਸਿਆਸਤ ਹੋ ਰਹੀ ਹੈ, ਕਿਉਂਕਿ ਬਾਬਾ ਨਾਨਕ ਅਗਰ ਉਹਨਾਂ ਦੇ ਉਦੇਸ਼ਾਂ ਨੂੰ ਆਪਾਂ ਰੋਜ਼ ਸੁਣਦੇ ਹਾਂ, ਬਾਣੀ ਰੋਜ਼ ਸੁਣਦੇ ਹਾਂ, ਤਾਂ ਇਹ ਸਿਆਸਤੀ ਜਿਹੜੇ ਲੋਕ ਨੇ ਇਹਨਾਂ ਨੂੰ ਵੀ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਕਿ ਸਾਨੂੰ ਇਸ ਪਰਵ ਨੂੰ ਬਹੁਤ ਹੀ ਇੱਕ ਮਿਸਾਲ ਬਣਾਉਣੀ ਚਾਹੀਦੀ ਸੀ, ਲੇਕਿਨ ਅਸੀਂ ਸਿਆਸਤ ਕਰ ਕਰਕੇ ਰੋਜ਼ ਚੈਨਲ ਦੇ ਉੱਤੇ ਅਸੀਂ ਡਿਬੇਟਾਂ ਕਰਦੇ ਹਾਂ ਇਸ ਮੁੱਦੇ ਦੇ ਉੱਤੇ, ਸਾਨੂੰ ਖੁਦ ਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਕਹੀਏ ਕੀ, ਮੈਨੂੰ ਵੀ ਆ ਰਹੀ ਹੈ, ਮੈਨੂੰ ਕਿਉਂ ਡਿਬੇਟ ਕਰਨੀ ਪੈ ਰਹੀ ਹੈ, ਕਿਉਂ ਡਿਬੇਟ ਅਸੀਂ ਕਰਦੇ ਹਾਂ ਜਾਂ ਕਿਉਂ ਅਸੀਂ ਰੋਜ਼ ਇਹ ਮੁੱਦਾ ਲੈ ਕੇ ਆਉਂਦੇ ਹਾਂ ਔਰ ਕਿਉਂ ਸਾਡੇ ਜਿਹੜੇ ਇਹ ਬਿਆਨਬਾਜ਼ੀ ਰੋਜ਼ ਚੇਂਜ ਹੁੰਦੀ ਹੈ, ਐਂਡ ਮੂਮੈਂਟ ਦੇ ਉੱਤੇ ਕੀ ਹੋਣਾ ਆ ਕਿਸੇ ਨੂੰ ਨਹੀਂ ਪਤਾ, ਪੂਰੇ ਪੰਜਾਬ ਦੀ ਜਨਤਾ ਨੂੰ ਨਹੀਂ ਪਤਾ ਕਿ ਕੀ ਹੋਣਾ ਆ। ਜਿੱਦਾਂ ਕਿ ਤੁਸੀਂ ਕਿਹਾ ਕਿ ਕੁਰਸੀਆਂ ਲੱਗਣਗੀਆਂ, ਧਾਰਨੀ ਜੀ ਨੇ ਵੀ ਕਿਹਾ ਵੀ ਕੁਰਸੀਆਂ ਲੱਗਣ ਜਾਂ ਲਗਾਉਣ ਦਾ ਮਤਲਬ ਹੀ ਨਹੀਂ ਬਣਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਡੇ ਤਾਂ ਆਪਾਂ ਹੋ ਨਹੀਂ ਗਏ ਨਾ, ਆਪਾਂ ਇਹ ਰਿਵਾਜ਼ ਹੀ ਕਿਉਂ ਪਾ ਰਹੇ ਹਾਂ, ਜਾਂ ਇਹ ਕੋਈ ਕਹਿ ਰਿਹਾ, ਅਕਾਲੀ ਕਹਿ ਰਹੇ ਨੇ ਅਸੀਂ ਉਹ ਵਾਈਟ ਵਾਸ਼ ਕਰਾਇਆ ਜੀ, ਕਾਂਗਰਸ ਕਹਿ ਰਹੀ ਆ ਅਸੀਂ ਉਹਦੇ ਸੱਦੇ 'ਤੇ ਨਹੀਂ ਜਾਣਾ, ਅਸੀਂ ਉਹਦੇ ਬੁਲਾਏ 'ਤੇ ਨਹੀਂ ਜਾਣਾ, ਅਸੀਂ ਇੱਥੇ ਕੁਰਸੀ 'ਤੇ ਨਹੀਂ ਬਹਿਣਾ, ਅਸੀਂ ਥੱਲੇ ਨਹੀਂ ਬਹਿਣਾ, ਇਹ ਗੱਲਾਂ ਕਰਨ ਵਾਲੀਆਂ ਨਹੀਂ ਜੱਚਦੀਆਂ। ਨਿਤਿਸ਼ ਭਾਰਦਵਾਜ ਜੀ ਦੀ ਜਿਹੜੀ ਨਿਤਿਸ਼ ਕੁਮਾਰ ਜੀ ਦੀ ਜਿਹੜੀ ਮਿਸਾਲ ਦੇ ਰਹੇ ਨੇ ਉਹ ਵਾਕਈ ਇੱਕ ਆਪਣੇ ਆਪ 'ਚ ਮਿਸਾਲ ਹੈਗੀ ਹੈ ਕਿ ਬਿਹਾਰ 'ਚ ਅਗਰ ਲੋਕ ਇੰਨੇ ਵਧੀਆ ਤਰੀਕੇ ਨਾਲ ਇਹ ਪਰਵ ਨੂੰ ਮਨਾ ਸਕਦੇ ਨੇ ਤੇ ਪੰਜਾਬ ਦੇ ਲੋਕ ਇਹਦੇ ਉੱਤੇ ਸਿਆਸਤ ਕਿਉਂ ਕਰਕੇ ਆਪਣਾ ਨਾਮ ਡਬੋ ਰਹੇ ਨੇ ਪੂਰੇ ਦੇਸ਼ ਦੇ ਵਿੱਚ, ਪੂਰੇ ਸਮਾਜ ਦੇ ਵਿੱਚ? ਸੀ ਨਾ ਸਿਮਰਨ ਸਾਹਿਬ, ਉੱਥੇ ਪੰਦਰ ਧਿਰ ਨਹੀਂ ਹੈਗੇ ਸੀ, ਉਹਨੇ ਦੀ ਸਰਕਾਰ ਸੀ ਕੱਲੀ, ਫਿਰ ਗੱਲ ਤਾਂ ਉਹੀ ਹੈ ਨਾ। ਢਿੱਲੋਂ ਸਾਹਿਬ, ਹਾਂਜੀ, ਕੀ ਹੋ ਕੀ ਰਿਹਾ ਇਹ? ਦੇਖੋ ਅਸੀਂ ਐਗਜ਼ਾਮਪਲ ਕਹਿੰਦੀ ਦਈਏ ਕਿ ਪੰਜਾਬ ਜਿਹੜਾ ਐਗਜ਼ਾਮਪਲ ਸੈੱਟ ਕਰਦਾ ਸੀ, ਪੰਜਾਬ ਨੂੰ ਐਗਜ਼ਾਮਪਲ ਦੇਣ ਦੀ ਲੋੜ ਪੈ ਰਹੀ ਹੈ। ਦੇਖੋ ਗੱਲ ਇਹ ਬੜੀ ਸਿੰਪਲ ਆ, ਗੁਰੂ ਨਾਨਕ ਦਾ ਸਟ੍ਰੈਸ ਕੀ ਆ, ਆਦਮੀ ਨੂੰ ਕੀ ਬਣਾਉਣਾ ਚਾਹੁੰਦਾ, ਸੁਚਾਰਾ ਬਣਾਉਣਾ ਚਾਹੁੰਦਾ, ਗੁਰਮੁਖ ਬਣਾਉਣਾ ਚਾਹੁੰਦਾ, ਤਾਂ ਲੇਕਿਨ ਉਹ ਗੁਰਮੁਖ ਤਾਂ ਹੀ ਬਣ ਸਕਦਾ ਜੇ ਹਉਮੈ ਤਿਆਗੇਗਾ ਆਦਮੀ। ਹਉਮੈ ਦੇ ਖਿਲਾਫ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਸਾਰੇ ਉਚਾਰਨ ਕੀਤੇ ਹੋਏ ਆ। ਆਹ ਪ੍ਰੋਬਲਮ ਜਿਹੜੀ ਆ ਰਹੀ ਹੈ ਸੋ ਕਾਲਡ ਅਕਾਲੀ ਦਲ ਨੂੰ ਅਤੇ ਕਾਂਗਰਸ ਨੂੰ ਇਹੀ ਆ ਰਹੀ ਹੈ ਕਿ ਦੋਨਾਂ ਧਿਰਾਂ ਦੇ ਵਿੱਚੋਂ ਜਿਹੜੇ ਲੀਡਰ ਆ ਉਹ ਆਪਣੀ ਹਉਮੈ ਨਹੀਂ ਤਿਆਗ ਰਹੇ। ਜਿਸ ਤਰ੍ਹਾਂ ਬੀਬੀ ਨੇ ਗੱਲ ਕਹੀ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਉਮੈ ਤਿਆਗ ਕੇ, ਹੰਕਾਰ ਤਿਆਗ ਕੇ, ਹੰਬਲ ਹੋ ਕੇ ਤੁਸੀਂ ਜ਼ਮੀਨ ਦੇ ਉੱਤੇ ਬੈਠ ਜਾਓਗੇ, ਤੁਹਾਡਾ ਜ਼ਿਆਦਾ ਮਾਣ ਸਤਿਕਾਰ ਹੋਏਗਾ ਔਰ ਤੁਸੀਂ ਇਸ ਜਨਮ ਦੇ ਵਿੱਚ ਵੀ ਤੁਹਾਡਾ ਕਲਿਆਣ ਹੋਏਗਾ ਅਤੇ ਅਗਲੇ ਜਨਮ ਦੇ ਵਿੱਚ ਵੀ ਤੁਹਾਡਾ ਕਲਿਆਣ ਹੋਏਗਾ। ਆਪਾਂ ਥੋੜ੍ਹਾ ਵੰਡ ਕੇ ਦੇਖਦੇ ਹਾਂ। ਹਾਂਜੀ, ਸਰਕਾਰ ਦੇ ਵਿੱਚ ਹਉਮੈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਉਮੈ ਹੈ, ਸ਼੍ਰੋਮਣੀ ਕਮੇਟੀ ਇਸ ਹਉਮੈ ਨੂੰ ਦੂਰ ਕਰ ਸਕਦੀ ਹੈ? ਮੈਂ ਸਮਝਦਾ ਸ਼੍ਰੋਮਣੀ ਕਮੇਟੀ ਨਹੀਂ ਕਰ ਸਕਦੀ, ਇਹ ਤੁਸੀਂ ਆਪਣੇ ਆਪ ਨੂੰ ਸਮਰਪਿਤ ਹੋਵੋਗੇ ਗੁਰੂ ਦੇ ਸਾਹਮਣੇ ਤਾਂ ਤੁਸੀਂ ਦੂਰ ਕਰ ਸਕਦੇ ਹੋ। ਸ਼੍ਰੋਮਣੀ ਕਮੇਟੀ ਕੋਲ ਕਿਹੜਾ ਕੋਈ ਇੰਜੈਕਸ਼ਨ ਆ ਜਿਹੜਾ ਤੁਹਾਨੂੰ ਲਾ ਦੇਗੀ ਤਾਂ ਹਉਮੈ ਤੁਹਾਡੀ ਦੂਰ ਹੋ ਜਾਏਗੀ? ਇਸੇ ਤਰੀਕੇ ਨਾਲ ਕਾਂਗਰਸ ਦੇ ਕੋਲ ਵੀ ਕੋਈ ਇਸ ਕਿਸਮ ਦਾ ਟੇਬਲੇਟ ਨਹੀਂ ਜਿਹੜੀ ਤੁਹਾਨੂੰ ਖਵਾ ਦੇਗੀ ਤਾਂ ਉੱਥੋਂ ਤੁਹਾਡੀ ਹਉਮੈ ਦੂਰ ਹੋ ਜਾਏਗੀ। ਹਉਮੈ ਦੂਰ ਆਪਣੇ ਆਪ ਕਰਨੀ ਪਏਗੀ, ਤੁਹਾਨੂੰ ਸੈਲਫ ਐਫਰਟ ਕਰਨੀ ਪਏਗੀ, ਤੁਹਾਨੂੰ ਗੁਰੂ ਦੇ ਅੱਗੇ ਸਮਰਪਿਤ ਹੋਣਾ ਪਏਗਾ, ਤੁਹਾਨੂੰ ਹੰਬਲ ਹੋਣਾ ਪਏਗਾ, ਤੁਹਾਨੂੰ ਇਹ ਕਹਿਣਾ ਪਏਗਾ ਹੇ ਮਹਾਰਾਜ, ਹੇ ਪਰਵਰਦਗਾਰ, ਅਸੀਂ ਤੇਰੇ ਦਰਬਾਰ 'ਤੇ ਆਏ ਹਾਂ, ਅਸੀਂ ਜਿੱਥੇ ਬੈਠੇ ਹਾਂ ਉੱਥੇ ਸਾਨੂੰ ਮਨਜ਼ੂਰ। ਠੀਕ ਹੈ, ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਇੱਕ ਦੂਜੇ ਨੂੰ ਨਸੀਹਤਾਂ ਦਿੱਤੀਆਂ ਜਾ ਰਹੀਆਂ, ਪਰ ਨਸੀਹਤਾਂ ਦੇਣ ਵਾਲਿਆਂ ਦੀ ਚਾਬੀ ਕੇ ਸਾਥ ਹੈਗੀ ਆ।
सवाल क्यों पूछ रहे हैं, सवाल असं यह पूछ रहे हैं 550वें गुरपुरब समागम के बहाने सियासत किहड़ा एजेंडा सैट करन च लगी। प्रोफेसर मनजीत सिंह, सुखबीर सिंह बादल बेनती कर रहे हैं सरकार नूं, इधरों सरकार के मंत्री उन्होंने रंधावा साहब नसीहत दे रहे हैं, एक दूजे को बेनती करने वाली तो नसीहत देने वाली सियासत इन्हां दी चाबी के साथ हैगी है। देखो मैं पहले एक जनरल प्रीएम्बल जिहड़ा गल दा जरूर देना चाहुंदा हां कि साढ़े जिहड़े लोकतंत्र आ थर्ड वर्ल्ड कंट्रीज जिहड़ी ए एशियन कंट्री है इन जनरल, साउथ एशियन कंट्री इन जनरल और हिंदुस्तान खास करके, अजे भी भारत के अंदर धर्म के नाँ ते ज़्यादा राजनीति हो रही है। राजनीति जो एक सैकूलर राजनीति चाहिदी सीगी एजेंडियां ते लोक मुद्दियां ते वो नहीं हो रही, और जिथे घट सी उहदी टैंपरेचर धर्म धार्मिक राजनीति दी वध रही है। पर सिख धर्म नूं असीं एक अलग किस्म दा धर्म मानदे सीगे, पर हौली हौली खिच के उत्थे ही लिया के खड़ा कर दिता जिथे बाकी दे धर्म आ। मैं क्यों ये गल कह रहा कि एस जी पी सी दियाँ जो जिस किस्म दियाँ सारी कार मैं थोड़ा ऐड ऑन करता प्रसमजीत सिंह, वैसे तो मैं रोकना नहीं चाहता था प्रसमजीत सिंह, असं वार बार इन धार्मिक समागमों का जिक्र इसलिए करते हैं क्योंकि बाबे नानक के फलसफे में सब कुछ होता है, फलसफे सब कुछ होता है, जिहड़े मुद्दों को यह सियासत दरकिनार करती पी है ना उन्हों मुद्दों की गल बाबा नानक ने की है। मैं उत्थे ही आने लगा सी मेरा वीर, मैं उत्थे ही आना सी, मैं पहला जनरल मैं कहना कि यह क्यों हो रहा, मैं उसकी गल है देश के अंदर हिंदू राष्ट्र की गल हो रही है, इतने इस तरह की गल हो रही है। दूजी गल इत्थे माहौल इहो जिहा है कि पहला तुसी एक धर्म नूं जड़ उहदी मजबूत करो, धर्म उस फलसफे दे नां ते नहीं, वह फलसफे नहीं, वह मूवमेंट नहीं, वह विचार नहीं, वह कुछ सोच नहीं, वह सारी एक पासे करके तुसी एक श्रद्धा की भावना नूं ज़्यादा वधाया और जिहड़ी उहदी लड़ाकू ते जस्टिस ओरिएंटेड सी उह ते दसण अकाली की है। इन्ना अनर्थ कश्मीर दे विच होया दसण अकाली की कीता, इन्हां दी आवाज़ निकली, इन्नी मॉब लिंचिंग होई इन्हां दी आवाज़ निकली, सिख धर्म इस गल दा सीगा धर्म। इस करके मैनू अफसोस आ, ये गुरु नानक देव जी के फलसफे के अन्याई नहीं, इन्हां नूं अपनी आपा धापी पई आ कि असी गुरु नानक देव जी के नाँ नूं अपने नाँ ते किवें वध तों वध उहदा फायदा राजनीतिक लाह लै सकदे आ। अकालियां ने लेंदे रहे, लगातार लेंदे रहे, लोग भी यह समझते सी कि चलो घट गिणतियां दी पार्टी आ, थोड़े जे लोग हैगे, की फर्क पैंदा एड्डे वड्डे देश दे विच, ते इह उस विचार नूं अगे लैके जाणगे। पर इन्हां ने अपने तक सीमित कर लिया, अपने परिवार तक भी सीमित किया, ये समझो तुसी जो लोग सारे लोग समझते हैं, तो उसनू खूब जिन्ना भी राजनीति च वरत्या जाना सीगा वरत्या। पर सियासत बाबा नानक नूं सीमित क्यों करना चाहती है, मेरा सवाल यह है, उन्होंने कोई लेना देना पता इतना विशाल है। ही गल करदे केपी सिंह, उन्होंने दूर नेड़े का वास्ता नहीं बाबे नानक नाल, मैं तो तुहानूं पहले ही दसता कि जे बाबे नानक नाल वास्ता वे जो अनर्थ साडे देश दे अंदर हो रहा है इस वेले, जो लोगों की आवाज़ बंद की जा रही है, तो गुरु नानक ने तो नारा मारिया सीगा पाप की जंज लै काबरों दा है, इन्हां नूं नहीं देखता पाप की जंज अंदर किवें चढ़ी हुई है देश दे, किहड़ा नारा मार रहा, ये तो उत्थे जाके कुछड़ चढ़ते फिरते सारे एक दूजे दे। और मैं ये दसां यही पॉलिटिक्स जिहड़ी अज तक अकाली दल करता रहा, कांग्रेस ने सेंटर च लै दी, कहिंदे हुण साडी वारी आ, तुहानूं असीं लागे नहीं लगण देंगे। ये जिहड़ी पटने की गल हुई आ, उत्थे उत्थे ते अज जो मैं अज पढ़िया बयान इन्हां कांग्रेसी मिनिस्टरां दा कि उन्होंने जिहड़ा अकाली दल एस जी पी सी का प्रधान सी उन्हें थैंक्स गिविंग लास्ट विच धन्नवाद किया नहीं, किसी की कोई अगवाई नहीं सी, उत्थे भी राजनीतिक अगवाई, इत्थे भी राजनीतिक लोगों की अगवाई, की माने है की कढ़ना चाहुंदे आ, गुरु नानक दी फलसफे नूं लागू करदे आ, भावें उत्थे मोदी जी आउण, भावें इत्थे राष्ट्रपति आउण, भावें इत्थे अमरिंदर सिंह जी आउण, कोई मतलब नहीं सवाए कि गुरु नानक दे उस वड्डे विचार दे उत्ते उहदी आड़ दे विच अपनियां रोटियां सेकणियां चाहुंदे। बड़ी अफसोस की गल, चाहीदा असीं 550वें पर्व दे उत्ते को वड़े वड़े इहो जिहियां कम करदे, इहो जिहे कुछ इंस्टीट्यूशन खोल दे, हॉस्पिटल खोल दे, अकैडमिक इंस्टीट्यूशन खोल दे, रिसर्च सेंटर खोल दे, चेयर एस्टैबलिश कर दे, केड़ी गल कर रहे हैं, कोई गल नहीं एहो जी है। ये होर गां तो गां सिख धर्म की जिहड़ी असली फलसफा ये राजनीति उहदे तो दूर लोगों नूं लै जाणगे अपने निजी फायदियां लई। तानी साहब, हाँ जी, सियासत इन्नी सौड़ी हो गई है कि असी सोच ही नहीं पाते कि अगे की हैगा, अभी सिर्फ आप तक सब कुछ सीमित करना चाहते हो, बाबे नानक का फलसफा तो सीमित नहीं होगा, जिन्ना मर्जी जोर ला लो। बिल्कुल थोड़ी गल सही हैगी, 100% दुरुस्त हैगी है। तुसी क्यों फिर सीमित करन च लगे हो? मैं असी बिल्कुल नहीं सीमित करन दे विच लगे, असी तो बहुत टाइम पहला तो असी ये गल जिहड़ी हैगी तैयारियां शुरू कीतियां कि श्री गुरु नानक देव जी का 550 साल जिहड़ा हैगा आ रहा हैगा, उस नूं मनाउण वास्ते कौम तैयारी करे, पर पंजाब स्टेट की जिहड़ी हैगी बदकिस्मती है कि उरे सरकार जिहड़ी हैगा कांग्रेस की आउण करके। देखो
ਜਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਸੀ ਉਸ ਟਾਈਮ ਤੇ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਸਕੂਲ ਦੇ ਵਿੱਚ ਪੜ੍ਹਦਾ ਸੀ ਤੁਸੀਂ ਇਹ ਦੇਖੋ ਕਿ ਲੋਕ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਨੂੰ ਯਾਦ ਰੱਖਣ ਵਾਸਤੇ ਉਸ ਟਾਈਮ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ 31 ਕਾਲਜ ਬਣੇ ਹੋਰ ਬਹੁਤ ਕੁਝ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਪੰਜਾਬ ਦੀ ਗਵਰਨਮੈਂਟ ਹੈਗੀ ਆ ਜਿਹੜੀ ਇਹ ਬਿਆਨ ਤਾਂ ਦੇ ਸਕਦੀ ਹੈ ਰੰਧਾਵਾ ਸਾਹਿਬ ਬਿਆਨ ਦੇ ਸਕਦੇ ਆ ਚੰਨੀ ਸਾਹਿਬ ਬਿਆਨ ਦੇ ਸਕਦੇ ਆ ਜਿਨ੍ਹਾਂ ਨੇ ਸ਼ਾਇਦ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਿਆ ਵੀ ਨਾ ਹੋਵੇ ਮੈਂ ਗਰੰਟੀ ਨਾਲ ਦੇ ਕੇ ਕਹਿ ਸਕਦਾ ਪਰ ਹਾਂ ਬਿਲਕੁਲ ਤੁਹਾਡੀ ਗੱਲ ਇਹ ਸਹੀ ਹੈਗੀ ਆ ਚਲੋ ਉਹਨਾਂ ਨੇ ਤਾਂ ਨਹੀਂ ਪੜ੍ਹਿਆ ਜਿਨ੍ਹਾਂ ਨੇ ਪੜ੍ਹਿਆ ਉਹ ਕੀ ਕਰਦੇ ਪਏ ਹਾਂ ਮੈਂ ਉਹੀ ਦੱਸਣਾ ਨਾ ਜਿਨ੍ਹਾਂ ਨੇ ਨਹੀਂ ਪੜ੍ਹਿਆ ਪਤਾ ਨਹੀਂ ਉਹਨਾਂ ਨੇ ਵੀ ਪੜ੍ਹਿਆ ਹੈ ਜਾਂ ਨਹੀਂ ਮੈਂ ਨਹੀਂ ਇਸ 'ਤੇ ਕੋਈ ਕਿੰਤੂ ਪ੍ਰੰਤੂ ਕਰਦਾ ਪਰ ਹੋ ਸਕਦਾ ਕਿ ਸਿਆਸਤ ਦੇ ਨਾਲ ਪੰਜਾਬ ਨੂੰ ਡੇਰਾ ਬਾਬਾ ਨਾਨਕ ਨੂੰ ਜਾਂ ਸੁਲਤਾਨਪੁਰ ਲੋਧੀ ਨੂੰ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਮਾਡਰਨ ਸਿਟੀ ਬਣਾਉਣ ਦੀ ਗੱਲ ਜਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਕੋਈ ਚੇਅਰ ਸਥਾਪਿਤ ਕਰਨ ਵਾਲੀ ਗੱਲ ਕੋਈ ਮੈਂ ਜਾਤੀ ਤੌਰ 'ਤੇ ਮਹਿਸੂਸ ਕਰਦਾ ਹੈਗਾ ਕਿ ਉੱਥੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਇੰਟਲੈਕਚੁਅਲਸ ਨੂੰ ਬੁਲਾ ਕੇ ਜਿਹੜੀਆਂ ਹੈਗੀਆਂ ਕਾਨਫਰੰਸਿਸ ਇਹਨਾਂ ਨੂੰ ਗਵਰਨਮੈਂਟ ਨੂੰ ਕਹਿਣਾ ਚਾਹੀਦਾ ਸੀ ਕਿ ਅਸੀਂ ਇਹ ਕਰਾਉਣੀਆਂ ਚਾਹੁੰਦੇ ਹਾਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਇਸ ਤਰ੍ਹਾਂ ਕਹਿ ਇਹ ਤਾਂ ਇਸ ਗੱਲ 'ਤੇ ਅੜ ਗਏ ਕਿ ਅਸੀਂ ਜੀ ਸੁਖਬੀਰ ਬਾਦਲ ਨਹੀਂ ਉੱਤੇ ਬਣ ਦੇਣਾ ਅਸੀਂ ਜੀ ਵੱਡਾ ਬਾਦਲ ਨਹੀਂ ਉੱਤੇ ਬਣ ਦੇਣਾ ਸੋ ਇਹ ਜਿਹੜੀ ਹੈਗੀ ਆ ਸਰਕਾਰ ਹੈਗੀ ਆ ਵਿੰਡਿਕਟਿਵ ਵੀ ਹੈਗੀ ਆ ਇਹਨਾਂ ਨੂੰ ਹੋਰ ਕੁਛ ਦਿਖਦਾ ਹੀ ਨਹੀਂ ਗੁਰੂ ਨਾਨਕ ਦੇਵ ਜੀ ਦਾ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਨਾ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਇਹ ਤਾਂ ਗੱਲ ਸੁਖਬੀਰ ਬਾਦਲ ਦੀ ਕਰਦੇ ਆ ਜਾਂ ਬੜੇ ਬਾਦਲ ਸਾਹਿਬ ਦੀ ਗੱਲ ਕਰਦੇ ਢਿੱਲੋਂ ਸਾਹਿਬ ਹਾਂਜੀ ਅਸੀਂ ਗੱਲਾਂ ਕਿਹੜੀਆਂ ਕਰਦੇ ਪਏ ਹਾਂ ਮੈਂ ਤਾਂ ਪਹਿਲਾਂ ਅਫਸੋਸ ਹੋ ਰਿਹਾ ਸੀ ਹੁਣ ਮੈਨੂੰ ਹਾਸਾ ਵੀ ਆ ਰਿਹਾ ਦੇਖੋ ਅਸੀਂ ਮਾਫ਼ ਕਰਨਾ ਹਾਂਜੀ ਮਾਫ਼ ਕਰਨਾ ਮੈਨੂੰ ਹਾਸਾ ਵੀ ਆ ਰਿਹਾ ਕਿਹੋ ਜਿਹੇ ਬਿਆਨਬਾਜ਼ੀ ਹੋ ਰਹੀ ਹੈਗੀ ਹੈ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਜ਼ਿਕਰ ਹੀ ਨਹੀਂ ਕਰਦੇ ਪਏ ਉਹਨਾਂ ਦੀ ਜਿਹੜਾ ਅਗਿਆਨਤਾ ਦਾ ਹਨੇਰਾ ਉਹਨਾਂ ਨੇ ਮਟਾਉਣਾ ਸੀਗਾ ਇਹ ਕਹਿੰਦੇ ਗੁਰੂ ਨਾਨਕ ਨੂੰ ਉਹਨਾਂ ਨੇ ਪੜ੍ਹਿਆ ਨਹੀਂ ਹੈਗਾ ਮੇਰਾ ਸਵਾਲ ਹੈ ਪੜ੍ਹਿਆ ਕਿੰਨੇ ਆ ਫਿਰ ਐਬਸੋਲਿਊਟਲੀ ਦੇਖੋ ਪੜ੍ਹਨ ਤੋਂ ਇਲਾਵਾ ਇੱਕ ਹੁਣੇ ਕਿਤਾਬ ਆਈ ਹੈ ਬੜੀ ਇੰਟਰਸਟਿੰਗ ਕਿਤਾਬ ਆ ਲਾਹੌਰ ਦਾ ਇੱਕ ਸੋਸ਼ਲ ਐਂਥਰੋਪੋਲੋਜੀ ਦਾ ਪ੍ਰੋਫੈਸਰ ਆ ਲਾਹੌਰ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਜਿਹਨੂੰ ਕਹਿੰਦੇ ਆ ਉਹਨੇ ਲੇਟੈਸਟ ਟਾਕ ਵਿਦ ਗੁਰੂ ਨਾਨਕ ਗੁਰੂ ਨਾਨਕ ਨਾਲ ਗੱਲ ਕਰੀਏ ਗੁਰੂ ਨਾਨਕ ਨਾਲ ਤੁਰੀਏ ਗੁਰੂ ਨਾਨਕ ਨੂੰ ਪਛਾਣੀਏ ਗੁਰੂ ਨਾਨਕ ਨੂੰ ਜਾਣੀਏ ਗੁਰੂ ਨਾਨਕ ਨੂੰ ਪਿਆਰ ਕਰੀਏ ਮੇਰਾ ਨਹੀਂ ਖਿਆਲ ਇਹ ਜਿਹੜੇ ਸਿਆਸਤਦਾਨ ਆ ਇਸ ਕਿਸਮ ਦੇ ਉਹਨਾਂ ਨੇ ਕਦੇ ਉਹ ਕਿਤਾਬ ਇੱਥੇ ਪੰਜਾਬ ਸਾਡੇ ਚੰਡੀਗੜ੍ਹ ਦੇ ਵਿੱਚ ਸਾਰੀਆਂ ਬੁੱਕ ਸਟਾਲਸ ਦੇ ਉੱਤੇ ਵਿਕ ਰਹੀ ਹੈ ਮੈਸਿਵ ਸਕੇਲ 'ਤੇ ਵਿਕ ਰਹੀ ਹੈ ਖੈਰ ਹੁਣ ਹੈ ਸਵਾਲ ਗੁਰਮੁਖ ਅਤੇ ਮਨਮੁੱਖ ਦਾ ਗੁਰੂ ਨਾਨਕ ਗੁਰਮੁਖ ਬਣਾਉਣਾ ਚਾਹੁੰਦਾ ਉਹ ਗੁਰੂ ਦੇ ਮੁੱਖ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ ਉਸ ਨੂੰ ਸਮਰਪਿਤ ਹੋਣਾ ਕਰਨਾ ਚਾਹੁੰਦਾ ਇਨਸਾਨ ਨੂੰ ਆਦਮੀ ਨੂੰ ਪਰ ਅਸੀਂ ਮਨਮੁੱਖ ਹਾਂ ਅਸੀਂ ਆਪਣੇ ਸਵਾਰਥਾਂ ਵਿੱਚੋਂ ਅਸੀਂ ਆਪਣੇ ਹੰਕਾਰ ਦੇ ਵਿੱਚੋਂ ਅਸੀਂ ਆਪਣੀ ਹਉਮੈ ਦੇ ਵਿੱਚੋਂ ਨਿਕਲ ਨਹੀਂ ਰਹੇ ਤਾਂ ਉਹਦੇ ਨਾਲ ਕੀ ਸਾਡੀ ਸਿਚੁਏਸ਼ਨ ਆ ਅਸੀਂ ਸੱਜਣ ਠੱਗ ਆ ਸੱਜਣ ਵੀ ਹੈ ਦੇਖਣ ਨੂੰ ਅਸੀਂ ਸੱਜਣ ਲੱਗਦੇ ਹਾਂ ਅੰਦਰੋਂ ਅਸੀਂ ਠੱਗ ਆ ਆ ਮਾਫ਼ ਕਰਨਾ ਸਾਰੇ ਜਿਹੜੇ ਆ ਦੋਨੇ ਪਾਸੇ ਇਹ ਸਾਰੇ ਸੱਜਣ ਠੱਗ ਆ ਅੱਜ ਜੇ ਗੁਰੂ ਨਾਨਕ ਦੁਆਰਾ ਆ ਜੇ ਜਿਸ ਤਰ੍ਹਾਂ ਉਹ ਸੋਸ਼ਲ ਐਂਥਰੋਪੋਲੋਜਿਸਟ ਨੇ ਲਿਖਿਆ ਤਾਂ ਕਿਹਦੇ ਨਾਲ ਲੜਾਈ ਹੋਊ ਉਹਦੀ ਲੜਾਈ ਸਿੱਖਾਂ ਨਾਲ ਹੀ ਹੋਏਗੀ ਔਰ ਸਭ ਤੋਂ ਵੱਧ ਲੜਾਈ ਹੋਏਗੀ ਇਹਨਾਂ ਲੀਡਰਾਂ ਦੇ ਨਾਲ ਜਿਹੜੇ ਗੁਰੂ ਨਾਨਕ ਦੇ ਨਾਂ ਨੂੰ ਕਿਸ ਤਰੀਕੇ ਨਾਲ ਐਕਸਪਲਾਇਟ ਕਰ ਰਹੇ ਆ ਆਪਣੇ ਵੈਸਟਡ ਇੰਟਰਸਟ ਦੇ ਲਈ ਆਪਣੇ ਸਵਾਰਥਾਂ ਦੇ ਲਈ ਅੱਜ ਜਿਹੜੇ ਇਹਨਾਂ ਲੋਕਾਂ ਦਾ ਸਵਾਰਥ ਆ ਉਹ ਇੰਨਾ ਹਾਵੀ ਹੋ ਗਿਆ ਕਿ ਜਿਸ ਦੀ ਕੋਈ ਇੰਤਹਾ ਨਹੀਂ ਜਿਸ ਦੀ ਕੋਈ ਲਿਮਿਟ ਨਹੀਂ ਤੋ ਇਹ ਸਾਰੀ ਗੱਲ ਦੇ ਵਿੱਚ ਗੁਰੂ ਨਾਨਕ ਨੇ ਕਿਹਾ ਕਿਵ ਸਚਿਆਰਾ ਹੋਵੀਏ ਕਿਵ ਕੂੜੇ ਟੁੱਟੇ ਪਾਰ ਜਿੰਨੀ ਦੇਰ ਸੁਚਿਆਰੇ ਨਹੀਂ ਹੁੰਦੇ ਉਨੀ ਦੇਰ ਤੱਕ ਕੂੜੇ ਟੁੱਟਣੇ ਨਹੀਂ ਤੋ ਇਸ ਕਰਕੇ ਅੱਜ ਜ਼ਰੂਰਤ ਆ ਕਿ ਇੱਕ ਚੰਗਾ ਮਨੁੱਖ ਘੜਨ ਦੀ ਜਿਹੜੀ ਗੁਰੂ ਨੇ ਜੋ ਵੀ ਸਾਰੇ ਸਾਧਨ ਦੱਸੇ ਆ ਉਹ ਦੱਸਣ ਦੀ ਲੋੜ ਆ ਦੁਨੀਆ ਨੂੰ ਕਿ ਗੁਰੂ ਜਿਹੜਾ ਸੀ ਉਹ ਕਿਤਨਾ ਯੂਨੀਕ ਸੀ ਕਿਤਨਾ ਗ੍ਰੇਟ ਸੀ ਕਿਤਨਾ ਵੱਡਾ ਇਨਸਾਨ ਸੀ ਕਿਤਨਾ ਦੁਨੀਆ ਨੂੰ ਸਮਰਪਿਤ ਸੀ ਔਰ ਜਿਵੇਂ ਮਨਜੀਤ ਸਿੰਘ ਨੇ ਇੱਕ ਗੱਲ ਬੜੀ ਇੰਪੋਰਟੈਂਟ ਕਹੀ ਉਸ ਨੇ ਇਹ ਗੱਲ ਕਹੀ ਆ ਕਿ ਜਿੱਥੇ ਵੀ ਦੁਨੀਆ 'ਚ ਦੁਖਾਂਤ ਹੋ ਰਿਹਾ ਜਿੱਥੇ ਵੀ ਦੁਨੀਆ ਦੇ ਵਿੱਚ ਕਸ਼ਟ ਆ ਸੰਕਟ ਆ ਤਕਲੀਫ ਆ ਮਾਨਵਤਾ ਜਿਹੜੀ ਆ ਉਹ ਪਚੀੜੀ ਜਾ ਰਹੀ ਆ ਉਸ ਦੇ ਵਿੱਚ ਹਾਦਾ ਨਾਰਾ ਮਾਰਨਾ ਹਰ ਸਿੱਖ ਦਾ ਫਰਜ਼ ਆ ਤੋ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਵਿੱਚ ਜਿੱਥੇ ਵੀ ਕੋਈ ਮਤਲਬ ਅੱਤਿਆਚਾਰ ਹੋ ਰਿਹਾ ਜਿੱਥੇ ਜ਼ੁਲਮੋ ਸਿਤਮ ਹੋ ਰਿਹਾ ਜਿੱਥੇ ਲੋਕਾਂ ਨਾਲ ਐਕਸਪਲੋਇਟੇਸ਼ਨ ਹੋ ਰਹੀ ਆ ਅਸੀਂ ਕਿੰਨੀ ਕੁ ਆਵਾਜ਼ ਬੁਲੰਦ ਕਰਦੇ ਹਾਂ ਮੁਨਕਰ ਹੋ ਗਏ ਮੁਨਕਰ ਹੋ ਗਏ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ
सवाल बहुत सारे है, सवाल पूछने भी लाजमी है कि बादल सरकार का ट्रिपल अटैक हो रहा, पर इस ट्रिपल अटैक के असल में अटैक थोड़े साढ़े तो हो रहा, क्योंकि असी जो फलसफे समझना चाहते, साड़ी जी अगली पीढ़ी है उस फलसफे समझना चाहती है कि है, जिन्होंने गुरु नानक नहीं पढ़िया है उन्होंने असं दसना कि गुरु नानक पढ़ो, उन्होंने भी जगाना है जिन्होंने गुरु नानक नहीं पढ़िया है, मेरे वर्गे योजे नौ सिखी भी बैठे है जिन्होंने गुरु नानक नहीं समझे है, पर असी सब कुछ इन्हों तो सीखना है, इन्होंने समझना है, पर सू सीध की दे रहे हैं, ब्रेक तो वापस आके ये सारे सवाल होंगे जरूर। सवाल एक पुछ रहे, सवाल असं यह पुछ रहे, 550वें गुरपुरब समागम के बहाने सियासत किहड़ा एजेंडा सैट करन च लगी? सिमरन साहिबपाल तुहानूं समझ आ रही है कि सियासत किहड़ा एजेंडा सैट करन च लगी है? बिना सियासत तो जवाब दे दो जी, जे सर जी सियासत तो बिना जवाब सिर्फ यही हो सकता है कि गुरु नानक देव जी दीआं सिक्ख्यावां, गुरु नानक देव जी दे उपदेश जो भी सीगे, अज सारी जिहड़ी कौम है वह भुल के सिर्फ क्रैडिट लैण दे चक्करां दे विच पई हुई है कि मैं आ कीता, मैं ओ कीता, मैं ये कीता, मैं वो कीता, इह कौम तां नहीं क्रैडिट लैणा चाहुंदी कि इह लीडर लैणा चाहुंदी है, कौम तां दुबधा विच फसा रही है कौम नूं, तां इह लीडर कौम नूं दुबधा विच फसा रहे है, उहनां नूं समझ नहीं आ रही कि जाईए किधर, लीडरां दी गल, लीडर उही ते गल है ना, वी लीडर क्यों चाहुंदे ने, लीडर जिहड़े इक अज डेट इक जनता जिहड़ी आ लीडर चुणदी है वी हां वी साडे इह हक दे विच कोई आ, साडे जिहड़े साडे पक्खां लई कोई बोलण, एसजीपीसी जिहड़े हैगे ने एसजीपीसी जिहड़े सिद्धे सवाल दे दो, गुरु नानक दे नाम ते वोटां तां नहीं लैणियां इहनां ने, इह अज इलैक्शन दे उत्ते ही होर हो की रिहा जी, इह इही हो रिहा विच इलैक्शन आ रहे ने, इहदे करके सारे मुद्दे हो रहे ने, जिदन होऊगा उदन देखांगे आपां की होणा इहनां ने की करना। रसमजीत सिंह गुरु नानक दे नाम ते वोटां मांग रहे हैं? बिल्कुल, मैं सीधे तौर ते सवाल कर रहा, बिल्कुल हैगा, बिल्कुल बिल्कुल, होर कोई उहदा मतलब नहीं है, आ हुण भी बाई इलैक्शन आ, उहदे च भी अपने प्रचार होऊगा इस गल दा कि असीं आ, और ये तानू उदन ही पता लग जाना चाहिए सीगा जदों जड़ा बरगाड़ी वाला जड़ा पूरे का पूरा इन्होंने लाइव किया, तो पूरा सैशन असैम्बली का है कि वह मतलब से यही सी कि सिख एजेंडा हूँ कांग्रेस को अकालिया को नहीं, उन्होंने को एजेंडा है खोना आ, क्योंकि 84 वाले दे बहुत मार पई पंजाब दे विच भी, पंजाब च खास करके मार पई कांग्रेस नूं इत्थे उस नूं ते फिर प्रसमजीत सिंह इन्हां नूं सीधा दस देना चाहिए ना, असी गुरु नानक साहिब दे फलसफे दा जिक्र नहीं करना, सिख एजेंडा सैट करना, गल खत्म हो गई, नहीं दसने की लोकी नूं पता ही लग रहा है, किन्नूं पता है, आप नहीं, हाँ वो आप नहीं कहणगे, पर एक गल मैं दस दियां कि जिहड़ी मैनूं इह लग रहा कि 550वां गुर जिहड़ा पुरब जरूर मना लैण, गुरु नानक देव जी का प्रकाश पुरब मना लैण, होर जो मर्जी कर लैण, सिखी फलसफा सिख सिद्धांत उन्हों अति खतरा, इन्ना खतरा कदी नहीं जिन्ना हुण हैगा आ, और आने वाले समय से तुहानूं असी केसधारी पग्गां बन्नण वाले सिख ते चेहरियां तो जरूर नज़र आवांगे, पर साडी जिहड़ी अंदरूनी आत्मा वह बिल्कुल सिख नहीं रहूगी, और जिहदे च शुरुआती कंट्रीब्यूशन अकाली दल की होगी, तो जिहड़ी बाद दी कंट्रीब्यूशन आ वह बीजेपी और कांग्रेस की होगी, इस वेले जो पंजाब दे विच राजनीति हो रही है, मैनू एवं लगता मेरी एप्रीहेंशन है, मैनू शंका आ कि अमरिंदर सिंह नू अगे ला के दिल्ली वाली जिहड़ी सरकार हैगी दिल्ली वाले वह कांग्रेस नू अकाली दल नू इन्ना ना कॉर्नर ते इन्नियां जिहनू कहिंदे घीसियां कराउणियां चाहुंदे आ, तां कि आप विच स्पेस बना के बीजेपी दा सिद्धा इत्थे पंजाब च राज कायम कर सकन, आ रही राजनीति चल रही है, और उन्हू थापड़ा जिहड़ा आ दिल्ली तों कैप्टन अमरिंदर सिंह नू मिली जांदा, और ये भी थोड़ा थोड़ा उन्होंने भी रखते हैं, क्योंकि आफ्टर ऑल एक मिनिस्टर अंदर बैठी है, उन्होंने भाईवाल है, बिल्कुल कॉर्नर, पर अकाली दल जिनी छेती है पॉलिटिक्स नू समझ आणगे, और असली मुद्दों पर और असली फलसफे पर जिनी छेती वापस आ जाएंगे, उन्ने ही लोग इन्हां दीआं सारे पुराने जिन्नियां भी गलतियां फलतियां को वो भी हुंदियां राजनीतिक भुल के दरबार साहब चो ते भावें अजे माफ ना होईआं होण लोग जरूर कर देणगे, मैनूं इह पूरा विश्वास है। धारनी साहब चलो प्रसमजीत सिंह कह रहे हैं कि लोग तुहानूं माफ कर देणगे गलतियां फलतियां नूं, मेरा सवाल यह है नहीं, मेरा सवाल यह है कि धारनी साहब जिहड़ी सियासी एजेंडे दी वो गल कर देवे प्रसमजीत सिंह, ਤੁਸੀਂ ਕੈਮਰੇ ਅੱਗੇ ਤਾਂ ਇਸ ਏਜੰਡੇ ਨੂੰ ਮੰਨੋਗੇ ਨਹੀਂ ਵੀ ਇਹੋ ਜਿਹਾ ਏਜੰਡਾ ਵੀ ਸੈੱਟ ਹੋ ਰਿਹਾ? ਦੇਖੋ ਇਹ ਤਾਂ ਚਲੋ ਇਹਨਾਂ ਦਾ ਆਪਣਾ ਕਹਿਣ ਦਾ ਲਹਿਜ਼ਾ ਹੈਗਾ, ਨਹੀਂ ਤੁਹਾਨੂੰ ਲੱਗਦਾ ਕੁਝ ਇਹੋ ਜਿਹਾ ਹੈ ਜਾਂ ਨਹੀਂ? ਦੇਖੋ ਜਿਹੜੀ ਇਲੈਕਸ਼ਨ ਵਾਲੀ ਗੱਲ ਹੈ, ਪ੍ਰੈਕਟੀਕਲ ਗੱਲਾਂ ਕਰ ਰਹੇ ਨੇ ਪ੍ਰਸਮ ਜੀ, ਜਿਹੜੀ ਇਲੈਕਸ਼ਨ ਵਾਲੀ ਵੀ ਗੱਲ ਹੈਗੀ ਆ ਉਹਦੇ ਲਈ ਵੀ ਹਾਲੇ ਬਹੁਤ ਟਾਈਮ ਪਿਆ, ਨਹੀਂ ਪ੍ਰਸਮ ਜੀ ਸੇ ਇੰਪ੍ਰੈਕਟੀਕਲ ਗੱਲਾਂ ਕਰਦੇ, ਮੈਂ ਪ੍ਰੋਫੈਸਰ ਸਾਹਿਬ ਵੱਲ ਨੂੰ ਕਿਉਂ ਉਂਗਲੀ ਕਰਾਂ, ਮੈਂ ਕਿਹੜਾ ਬੋਲਦੇ ਮੇਰੇ ਵੱਲ ਕਰ ਦੋ ਉਂਗਲੀ, ਮੈਂ ਕਿਹੜਾ ਸੁਖਜਿੰਦਰ ਸਿੰਘ ਰੰਧਾਵਾ ਵੀ ਮੈਂ ਕਿਸੇ ਵੱਲ ਉਂਗਲੀ ਕਰਾਂ ਜੀ,
कांग्रेस जिहड़ी हैगी है इस दी क्रेडिट दे विच जाण मैं हुण देखो कैप्टन सरकार नूं केंद्र दा थापड़ा तां नहीं हैगा प्रसम जी ने भी गल कही है नहीं नहीं देखो मैं तो नहीं इस गल नूं समझदा हैगा देखो देखो ये पोलिटिकल एनालिसिस हैगे है इन्हां दी सोच होर तरह दी हो सकदी है मेरी होर तरह दी सियासी एनालिसिस कर दो अपनी पार्टी वालों मैं सियासी एनालिसिस करन दी तुहानूं मौका दे रहा मैं सियासी तेरे छड्ड के एनालिसिस कर दो होर दस्सो मैनूं सुणो तुसीं हमेशा कहिंदे मैनूं एनालिस्ट बारे बुलाया करो बिल्कुल मैं दस्सदा देखो जिथे तक सियासी वाली गल हैगी है मैं पहला भी जिहड़ी गल कीती हैगी है कि इन्हां नूं इह सोचणा चाहीदा सी कि गुरु नानक दे फलसफे नूं अगे वधाउण लई की करना चाहीदा हैगा सरकार नूं इह करना चाहीदा सी धारनी साहब इक महीना रह गया समागम दे विच तालमेल कमेटी नहीं बनी धारनी साहब ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਇਦਾਂ ਕਰਨਾ ਜੇ ਤੁਹਾਨੂੰ ਮਿਲ ਕੇ ਕਿਉਂ ਨਹੀਂ ਕਰਨਾ ਚਾਹੀਦਾ ਸੀਗਾ ਸਰਕਾਰ ਦੀ ਗੱਲ ਹੈ ਤੁਹਾਡੇ ਤਾਂ 5 ਮੈਂਬਰੀ ਕਮੇਟੀ ਨਹੀਂ ਕੱਢੀ ਗਈ ਸੀ ਤੁਸੀਂ ਮੇਰੀ ਮੈਨੂੰ ਬੋਲਣ ਦਿਓ ਮੈਨੂੰ ਬੋਲਣ ਦਿਓ ਤੁਸੀਂ ਉਮੀਦ ਕਿਵੇਂ ਕਰ ਸਕਦੇ ਇੱਕ ਮਿੰਟ ਜੀ ਇੱਕ ਮਿੰਟ ਮੈਨੂੰ ਬੋਲਣ ਦਿਓ ਹਾਂ ਨਹੀਂ ਕਰੋਗੇ ਦੇਖੋ ਹਰ ਜਿਹੜਾ ਕਾਂਗਰਸ ਹੈਗੀ ਆ ਕਾਂਗਰਸ ਕੋਲ ਕੋਈ ਇਸ਼ੂ ਨਹੀਂ ਹੈਗਾ ਕੋਈ ਉਹ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਕਰ ਰਹੀ ਔਰ ਉਹ ਸਿਰਫ ਜਿਹੜੇ ਹੈਗੀ ਆ ਇਸ ਟਾਈਮ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਬਣਾ ਕੇ ਸਾਹਿਬ ਮੇਰਾ ਸਵਾਲ ਲੈ ਲਓ ਧਾਰੀ ਸਾਹਿਬ ਮੇਰਾ ਸਵਾਲ ਲੈ ਲਓ ਧਾਰੀ ਸਾਹਿਬ ਮੇਰਾ ਸਵਾਲ ਲੈ ਲਓ ਧਾਰੀ ਸਾਹਿਬ ਤੁਸੀਂ ਇਲਜ਼ਾਮ ਲਾਇਆ ਕਿ ਕਾਂਗਰਸ ਨੇ 2.5 ਸਾਲਾਂ ਵਿੱਚ ਕੁਝ ਨਹੀਂ ਕੀਤਾ ਗਾ ਤੁਸੀਂ ਤਾਂ ਪਾਸ ਦੇ ਕੇ ਖੇਡਦੇ ਪਏ ਤੁਸੀਂ ਤੁਹਾਨੂੰ ਮੌਕਾ ਦੇ ਰਹੇ ਹੋ ਕਿ ਆਪਾਂ ਇਹਨਾਂ ਇਸ ਮੁੱਦੇ ਤੇ ਸਿਆਸਤ ਬਣਾਈ ਰੱਖੀਏ ਨਾ ਕੋਈ ਕਿਸਾਨੀ ਦੀ ਗੱਲ ਕਰੇ ਨਾ ਜਵਾਨੀ ਦੀ ਗੱਲ ਕਰੇ ਆਪਾਂ ਇਸ ਤੇ ਸਿਆਸਤ ਕਰਦੇ ਰਹੀਏ 12 ਨਵੰਬਰ ਤੋਂ ਬਾਅਦ ਫਿਰ ਦੇਖਾਂਗੇ ਅੱਗੇ ਕੀ ਕਰਨਾ ਦੇਖੋ ਗੱਲ ਇਹ ਹੈਗਾ ਇਹ ਤੁਹਾਡੀ ਸੋਚ ਹੈਗੀ ਹੈ ਅਸੀਂ ਬਿਲਕੁਲ ਨਹੀਂ ਉਹਨਾਂ ਨੂੰ ਕਹਿ ਰਹੇ ਠੀਕ 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 ਇੱਕ ਮਿੰਟ ਮੈਨੂੰ ਬੋਲਤਾ ਲੈਣ ਦਿਓ ਦੇਖੋ ਮੈਂ ਸਾਡੇ ਮੇਰੇ ਦੋਵੇਂ ਪਾਸੇ ਪ੍ਰੋਫੈਸਰ ਡਾਕਟਰ ਬੈਠੇ ਹੈਗੇ ਆ ਜਿਹੜੇ ਬਹੁਤ ਹੀ ਸੋਚ ਸਮਝ ਵਾਲੇ ਹੈਗੇ ਕਿਸੇ ਯੂਨੀਵਰਸਿਟੀ ਨੇ ਕੋਈ ਇਨੀਸ਼ੀਏਟਿਵ ਲਿਆ ਹੋਵੇ ਕਿ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਬਿਨਾਂ ਕਿਸੇ ਪੈਸੇ ਲਾਏ ਤੇ ਗੁਰੂ ਨਾਨਕ ਦੇ ਫਲਸਫੇ ਨੂੰ ਲੋਕਾਂ ਦੇ ਵਿੱਚ ਆਪਣੇ ਸਟੂਡੈਂਟਸ ਦੇ ਵਿੱਚ ਜ਼ਾਹਰ ਕਰਨ ਵਾਸਤੇ ਤੁਸੀਂ ਐਡਮਿਟ ਤੇ ਕੀਤਾ ਪ੍ਰਸਮ ਜੀ ਇੱਕ ਮਿੰਟ ਮੈਨੂੰ ਬੋਲਣ ਦਿਓ ਮੈਨੂੰ ਬੋਲਣ ਦਿਓ ਬੋਲਣ ਦਿਓ ਦੇਖੋ ਹੋਰ ਕਿਸੇ ਸੰਸਥਾਵਾਂ ਨੇ ਕਿਸੇ ਇੰਸਟੀਚਿਊਸ਼ਨ ਨੇ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿਸੇ ਨੇ ਕਿਹਾ ਹੋਵੇ ਅਸੀਂ ਆਹ ਪ੍ਰੋਗਰਾਮ ਅਸੀਂ ਕਰਾਵਾਂਗੇ ਬਿਨਾਂ ਪੈਸਿਆਂ ਤੋਂ ਕਰਾਵਾਂਗੇ ਗੁਰੂ ਨਾਨਕ ਨੇ ਤਾਂ ਕਦੇ ਗੁਰੂ ਨਾਨਕ ਨੇ ਵੀ ਇਹ ਨਹੀਂ ਕਿਹਾ ਸੀਗਾ ਵੀ ਧੂਮ ਧੜਾਕਾ ਕਰੋ ਤੁਸੀਂ ਗੁਰੂ ਨਾਨਕ ਨੇ ਕਿਹਾ ਸੀ ਮੇਰੇ ਫਲਸਫੇ ਦੀ ਗੱਲ ਕਰੋ ਮੈਂ ਤਾਂ ਆਪ ਕਹਿ ਰਿਹਾ ਦੇਖੋ ਅਸੀਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਦੇ ਵਿੱਚ ਜਿਹੜੇ ਪ੍ਰੋਗਰਾਮ ਹੈਗੇ ਆ ਲਿਖੇ ਹੋਏ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਸ਼੍ਰੋਮਣੀ ਕਮੇਟੀ ਦੇ ਪਰ ਕਾਂਗਰਸ ਨੂੰ ਕਿਉਂ ਕੁਐਸਚਨ ਇਹ ਉੱਠ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਕਦੇ ਟਾਰਗੇਟ ਕਰਦੇ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਤਾਂ ਕਹਿ ਰਹੇ ਸਾਡਾ ਗੁਰਦੁਆਰਾ ਕਮੇਟੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਅਸੀਂ ਤਾਂ ਅਕਾਲੀ ਦਲ ਨਾਲ ਸਾਡੇ ਮਤਭੇਦ ਹੈਗੇ ਉਹ ਤਾਂ ਸਾਫ ਸਪਸ਼ਟ ਸ਼ਬਦਾਂ ਵਿੱਚ ਕਹਿ ਰਹੇ ਤੁਸੀਂ ਬਾਹਰ ਹੋ ਜਾਓ ਨੋਡਲ ਏਜੰਸੀ ਸ਼੍ਰੋਮਣੀ ਕਮੇਟੀ ਨੇ ਬਣਾਇਆ ਉਹਨੂੰ ਕੰਮ ਕਰਨ ਦਿਓ ਢਿੱਲੋ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਵੀ ਇਹਨਾਂ ਧੂਮ ਧੜਾਕਾ ਹੋਵੇ ਆ ਸਭ ਕੁਝ ਹੋਵੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਗੁਰੂ ਨਾਨਕ ਇਹਨਾਂ ਸਾਰੀਆਂ ਚੀਜ਼ਾਂ ਦੇ ਬਿਲਕੁਲ ਵਿਰੋਧ 'ਚ ਸੀਗਾ ਉਹ ਸਿਰਫ ਆਦਮੀ ਦੇ ਵਿੱਚ ਇੱਕ ਇਸ ਕਿਸਮ ਦੀ ਸਪਿਰਿਟ ਪੈਦਾ ਕਰਨਾ ਚਾਹੁੰਦਾ ਸੀ ਜਿਹੜੀ ਹਿਊਮੈਨਿਟੀ ਦੇ ਕਲੋਜ਼ੈਸਟ ਹੋਵੇ ਵੈਲਬੀਇੰਗ ਆਫ ਦੀ ਡਾਊਨ ਟ੍ਰੋਡਨ ਹੋਵੇ ਵਰਨ ਆਸ਼ਰਮ ਧਰਮ ਦੇ ਖਿਲਾਫ ਹੋਵੇ ਹੁਣ ਮੈਂ ਤੁਹਾਨੂੰ ਇੱਕ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਅੱਧਾ ਕੁ ਮਿੰਟ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਮੈਂ ਇੱਕ ਸਿੱਖ ਇੱਥੇ ਬਹੁਤ ਬੜੀ ਸਿੱਖ ਐਜੂਕੇਸ਼ਨਲ ਸੁਸਾਇਟੀ ਉਹਦਾ ਮੈਂਬਰ ਆ ਉੱਥੇ ਉਹਨਾਂ ਨੇ ਫੈਸਲਾ ਕੀਤਾ ਐਗਜ਼ੀਕਿਊਟਿਵ ਨੇ ਵੀ ਅਸੀਂ ਜੀ ਉੱਥੇ ਕਵੀਸ਼ਰੀਆਂ ਵਾਲਿਆਂ ਨੂੰ ਬੁਲਾਉਣਾ ਕੀਰਤਨ ਵਾਲਿਆਂ ਨੂੰ ਬੁਲਾਉਣਾ ਬੜੇ ਜਲਸੇ ਜਲੂਸ ਕੱਢਣੇ ਆ ਮੈਂ ਉੱਠ ਕੇ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਸਾਰੀ ਦੁਨੀਆ ਦੇ ਵਿੱਚ ਤਕਰੀਬਨ 1 ਲੱਖ ਗੁਰਦੁਆਰਾ ਹੋਣਾ ਅਪਰੋਕਸੀਮੇਟਲੀ ਮੈਨੂੰ ਕਿਹੜਾ ਐਗਜ਼ੈਕਟ ਨੰਬਰ ਪਤਾ ਹੈਗਾ ਸਾਰੀ ਦੁਨੀਆ ਦੀ ਗੱਲ ਕਰ ਰਹੇ ਉੱਥੇ ਰੋਜ਼ਾਨਾ ਕੀਰਤਨ ਹੁੰਦਾ ਸਵੇਰ ਤੇ ਸ਼ਾਮ ਔਰ ਉਸ ਕੀਰਤਨ ਦੇ ਬਾਵਜੂਦ ਜਿਹੜਾ ਸਿੱਖਿਜ਼ਮ ਆ ਉਹ ਉਚਾਈਆਂ ਬੁਲੰਦੀਆਂ ਵਿੱਚ ਨਹੀਂ ਜਾ ਰਿਹਾ ਨਿਗਾਰ 'ਚ ਜਾ ਰਿਹਾ ਬਿਲਕੁਲ ਠੀਕ ਹੈ ਹਾਂਜੀ ਦੂਸਰੀ ਮੈਂ ਉਹਨਾਂ ਨੂੰ ਇੰਪੋਰਟੈਂਟ ਗੱਲ ਕਹੀ ਕਿ ਇਹ ਬਹੁਤ ਵੱਡੀ ਓਪਰਚੁਨਿਟੀ ਹੈ ਸਾਡੀ ਜ਼ਿੰਦਗੀ 'ਚ ਜਿੰਨੇ ਅਸੀਂ ਇੱਥੇ ਬੈਠੇ ਹਾਂ ਜਿਹੜਾ ਦੂਸਰਾ ਮੌਕਾ ਆਉਣਾ ਉਹਦੇ 'ਚ ਅਸੀਂ ਲੋਕਾਂ ਨੇ ਨਹੀਂ ਹੋਣਾ ਕੇ ਪੀ ਜੀ ਤੁਸੀਂ ਸ਼ਾਇਦ ਹੋਵੋ 50 ਸਾਲ ਤੋਂ ਬਾਅਦ ਮੈਂ ਕਿਹਾ ਇਸ ਮੌਕੇ ਦਾ ਬੈਸਟ ਯੂਜ਼ ਕੀ ਹੋ ਸਕਦਾ ਕਿ ਅਸੀਂ ਦੁਨੀਆ ਨੂੰ ਦੱਸੀਏ ਗੁਰੂ ਨਾਨਕ ਵਾਜ਼ੇ ਰੈਵੋਲੂਸ਼ਨਰੀ ਨਾ ਉਹ ਭਗਤ ਸੀ ਨਾ ਉਹ ਸੰਤ ਸੀ ਨਾ ਉਹ ਪੈਸੀਫਿਸ ਸੀ ਹੀ ਹੈਡ ਏ ਰੈਵੋਲੂਸ਼ਨਰੀ ਆਈਡੀਓਲੋਜੀ ਔਰ ਉਹ ਰੈਵੋਲੂਸ਼ਨਰੀ ਆਈਡੀਓਲੋਜੀ ਅਸੀਂ ਉਹਨਾਂ ਨੂੰ ਦੱਸੀਏ ਕੀ ਸੀ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਰੈਵੋਲੂਸ਼ਨਰੀ ਆਈਡੀਓਲੋਜੀ ਸੀ ਕਿ ਉਹ ਜਿਹੜਾ ਦਲਿਤ ਵਰਗ ਹੈ ਉਸ ਨੂੰ ਉਸ ਦੀ ਨੀਚਤਾ ਤੋਂ ਉੱਪਰ ਉਠਾ ਕੇ ਬਰਾਬਰਤਾ 'ਤੇ ਲਿਆਉਣਾ ਔਰ ਉਹ ਆਲਰੇਡੀ ਦੇਖ ਚੁੱਕਿਆ ਸੀ ਗੁਰੂ ਨਾਨਕ ਰੀਅਲਾਈਜ਼ ਕਰ ਚੁੱਕਿਆ ਸੀ ਕਿ ਬੁੱਧਿਜ਼ਮ ਤੋਂ ਨਹੀਂ ਇਹ ਗੱਲ ਹੋ ਸਕੀ
जैनिज्म तो नहीं ये गल हो सकी, क्रिश्चियनिटी तो नहीं गल हो सकी, इस्लाम तो नहीं गल हो सकी। उस लई ही क्रिएटेड सर्टन इंस्टीट्यूशंस। केड़े इंस्टीट्यूशंस क्रिएट किए गुरु ने? संगत का किया, पंगत का किया, लंगर का किया, ग्रंथ का किया, जिदे विच सारे भाईवाल आ, इरिस्पेक्टिव ऑफ हिज कास्ट, क्रीड, लैंग्वेज, रिजन, एनीथिंग, कलर, जो भी मर्जी आ। वो नहीं तो असी उस चीज़ नू अगे लैके आईए और दुनिया नू दसीए एक विलखण धर्म है, एक विलखण आइडियोलॉजी है गुरु नानक दी, जिहड़ी अडोप्ट होनी चाहिए है, ना कि पंजाब दे विच बल्कि यूनीवर्सली एक्सैप्टिड होनी चाहिए है। आ जिहड़े रेसिस दे कॉन्फ्लिक्ट आ, ब्लैक एंड वाइट का जिहड़ा कलैश आ, ये सारिया चीज़ा खत्म हो के एक इंसान नू इंसान दे तौर दे उत्ते एक लैवल दे उत्ते तुसी ट्रीट करो और ओही ही सालवेशन टू द ह्यूमैनिटी। इंसानियत ही सब तो बड़ा धर्म, इंसानियत ही सब तो। चलो एक छोटा होर ब्रेक लवांगे, ब्रेक तो वापस आवांगे, आखिरी हिस्से विच असी होवांगे। डॉक्टर लोने जिहड़ी हुण इस सैगमेंट दे विच ये गल्लां कीतियां हैगियां, इन्हां गल्लां दे विच बहुत वजन हैगा ते मैनूं लगदा बहुते लोक है इस नाल इतफाक रखते होणगे, पर सियासत इतफाक रखती कि नहीं रखती? सवाल तो उस सियासत है, क्योंकि सियासत तुहानू सानू दसदी है कि किधर नू जाना हैगा, पर मैनूं लगदा शायद हुण वेला आ गया कि इन्हां समागमां दे विच सियासत तों पासे होके तुसीं आपदे राह तैयार करो कि गुरु नानक नू समझना कि हैगा। बरे तो वापस आ रहे असीं सवाल इक्को पुछ रहे हैं, 595वें गुरपुरब समागमां दे बहाने सियासत किहड़ा एजेंडा सैट करन च लगी? डॉक्टर लो जी, इस सवाल का जवाब हैगा तुहाडे कोले, इन्हां ने पहला किया सी कि प्रेस मंच देखो मैं सिख एजेंडा सैट करन च लगी है। देखो इन्हां दे मैं इन्हां दे मगर नहीं जाना, मैं एक गल इत्थे होर कहनी चाहुंदा, गुरु नानक नू कैप्चर करना किसी शब्दाल शब्दावली दे विच मैं समझदा इम्पॉसिबल है, चाहे रिटन फॉर्म च लै लो, चाहे तुसी ओरल फॉर्म च, क्योंकि गुरु नानक की परसनैलिटी इन्नी वड्डी आ, एडा उसका यूनीक ते रिमार्केबल उसका प्रसीजन है कि उसनू तुसी शब्दां दे विच तुसी किस तरीके नाल उसनू एक्सप्रेस करोगे, उनू तुसी सिंपली उहदे इंस्टीट्यूशन राही ही उसनू समझ सकते हो कि भाई लंगर की चीज़ है। लंगर है भुखियां लई, लंगर ये नहीं है जिहड़े रजे हुए उन्होंने रजाना तुसी और शो करना भी मैं तो फलानी खीरा बना लिया। असीं ते शो च पए होए आ। हाँ एग्जैक्टली इस वेले क्राइसिस है वन अप मैनशिप जिन्हों अंग्रेजी च कहने, मैं उस नालों वध दिखावां कि मैं सुपीरियर हाँ, मेरे को बहुते वड्डे साधन आ। गुरु नानक तां साधना के खिलाफ सी, गुरु नानक तां हंबल सी, गुरु नानक दे कोल जो कुछ सी 20 रुपये से वह 20 रुपये दे दते। अज के हिसाब नाल आईए सब तो वड्डा डोनेशन आ मैं समझदा दुनिया के इतिहास के जिहड़ा उस वेले दे 20 रुपये और जिहड़े बाकी बचे के पी जी वह कह लगे मतलब भी ये तुसी बाकी बच गए, वह कहिंदे भी ये लै लियो औखे समय फिर लोड़ पऊगी तो खा पी लियो। तो गुरु नानक की जिहड़ी विलखणता है, गुरु नानक की जिहड़ी यूनीकनैस है, गुरु नानक का जिहड़ा ग्रैंजर आ, ग्रेटनैस आ, उस नू पकड़ना बहुत मुश्किल है। ताही पकड़िया जा सकता जे अपना हंकार गिरा दिए, अपनी होमेज पिछे छड़ो, होमेज पिछड़ने पौगी। और गुरु नानक का जिहड़ा वर्ड व्यू आ लावा, जे तो प्रेम खेलन का चाह सिर त तली गली मरी आओ, इत मार्ग पैर त्रीजे सिर दीजे कान ना कीजे। गुरु नानक तां कहिंदा प्यार दे कलावे नाल। पिछले 1000 साल दे विच के पी जी बड़ी इंट्रस्टिंग गल है, कोई नवा धर्म नहीं आया, कल्ट आए, सैक्ट आए, सब सैक्ट आए, खत्म हो गए, लेकिन गुरु नानक की कैसी कला है कि ना उसके कोल साधन आ, ना उसके कोल स्टेट पावर आ, ना कोई होर किसी किस्म के साधन आ, उसने एक नवा धर्म दुनिया दे दे देता। गुरु नानक दे लव अगे तो ईगो खड़ी है। हाँ ईगो ये प्रॉब्लम, ईगो दी प्रॉब्लम। सिमरन साहिबपाल ਤੁਸੀਂ ਤਾਲਮੇਲ ਕਮੇਟੀ ਦਾ ਗਠਨ ਕੀਤਾ, ਤੁਸੀਂ 15 ਮੈਂਬਰੀ ਕਮੇਟੀ ਬਣਾਈ ਹੈਗੀ ਹੈ, ਉਹਦਾ ਕੀ ਕੰਮ ਹੈਗਾ ਮੈਨੂੰ ਨਹੀਂ ਪਤਾ, ਜੇ ਤੁਸੀਂ ਦੱਸ ਸਕੋ ਤਾਂ ਉਹ ਵੀ ਦੱਸ ਦਿਓ ਮੈਨੂੰ। ਮੈਨੂੰ ਲੱਗਦਾ ਕਿ ਇਸ ਮੰਚ ਤੋਂ ਤੁਹਾਨੂੰ ਵੀ ਸਲਾਹ ਦਿੱਤੀ ਜਾਊਗੀ ਕਿ ਮੁੱਖ ਵਿਰੋਧੀ ਧਿਰ ਹੋ ਤੁਸੀਂ ਅਤੇ ਤੁਸੀਂ ਉਸ ਤਾਲਮੇਲ ਕਮੇਟੀ ਦੇ ਜ਼ਰੀਏ ਅਸਲ ਵਿੱਚ ਲੋਕਾਂ ਤੱਕ ਪਹੁੰਚੋ ਅਤੇ ਧਰਾਤਲ 'ਤੇ ਦੱਸੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਕੀ ਹੈਗਾ ਅਤੇ ਇਹ ਸਿਆਸਤ ਤੋਂ ਦੂਰ ਹੋ ਕੇ ਅਸੀਂ ਉਸ ਫਲਸਫੇ ਨੂੰ ਸਮਝੀਏ। ਜੇ ਇਹ ਦੋਨੋਂ ਧਿਰਾਂ ਨਹੀਂ ਕਰ ਪਾ ਰਹੀਆਂ ਤੁਸੀਂ ਕਰ ਦਿਓ। ਨਹੀਂ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਹੱਕ ਇਹਨਾਂ ਦਾ ਹੀ ਬਣਦਾ ਹੈ ਨਾ, ਕਿਉਂਕਿ ਇਹ ਅਗਰ ਸਭ ਤੋਂ ਪਹਿਲੇ ਕੈਪਟਨ ਸਾਹਿਬ ਦਾ ਜਿਹੜਾ ਹੈਗਾ ਹੈ ਕਿ ਸਰਕਾਰ ਉਹਨਾਂ ਦੀ ਹੈ, ਉਹਨਾਂ ਨੂੰ ਚਾਹੀਦਾ ਸੀਗਾ। ਹੱਕ ਤਾਂ ਗੁਰੂ ਨਾਨਕ ਨੇ ਸਾਰਿਆਂ ਨੂੰ ਦਿੱਤਾ, ਤੁਹਾਨੂੰ ਵੀ ਦਿੱਤਾ। ਹੱਕ ਸਾਰਿਆਂ ਨੂੰ ਦਿੱਤਾ, ਬਿਲਕੁਲ ਮੰਨਦੀ ਹੈ, ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ। ਬਟ ਜਿਹੜੀਆਂ ਗੱਲਾਂ ਐਸ ਜੀ ਪੀ ਸੀ ਇੱਕ ਸੰਸਥਾਵਾਂ ਬਣਾਈਆਂ ਹੋਈਆਂ ਨੇ, ਅਕਾਲੀ ਜਿਹੜੇ ਨੇ ਸਿੱਖਇਜ਼ਮ ਦੀ ਇੱਕ ਪਹਿਚਾਣ ਨੇ, ਸਾਰੇ ਨੇ ਗੁਰੂ ਨਾਨਕ ਜੀ ਦੇ ਸਾਰੇ ਬੱਚੇ ਹਾਂ, ਅਸੀਂ ਸਾਰੇ ਉਹਨਾਂ ਦੇ ਕਹਿ ਲਓ ਕਿ ਆਪਾਂ ਉਹਨਾਂ ਦੀ ਔਲਾਦ ਹਾਂ। ਸੋ ਸਾਨੂੰ ਸਾਰਿਆਂ ਨੂੰ ਇਹੀ ਗੱਲ ਚਾਹੀਦਾ, ਔਰ ਮੇਰੇ ਵੱਲੋਂ ਤਾਂ ਇਹੀ ਮੈਸੇਜ ਹੈ ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਰਲ ਮਿਲ ਕੇ ਇੱਕ ਹੋ ਕੇ, ਆਪਾਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਹਿੰਦੇ ਹਾਂ, ਬਾਣੀ ਦੀਆਂ ਤੁਕਾਂ ਆਪਾਂ ਸੁਣਾਉਂਦੇ ਹਾਂ, ਲੇਕਿਨ ਕਿਤੇ ਨਾ ਕਿਤੇ ਉਹ ਏਕਤਾ ਜਿਹੜੀ ਹੈਗੀ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀ, ਚਾਹੇ ਉਹ ਸਿਆਸੀਪਨ ਜਿਹੜਾ ਹੈ ਉਹ ਬਹੁਤ ਭਾਰਾ ਪੈ ਚੁੱਕਾ ਅੱਜ ਦੀ ਡੇਟ ਦੇ ਵਿੱਚ ਅਗਰ ਕਿਹਾ ਜਾਵੇ ਤਾਂ, ਉਹ ਨਹੀਂ ਚੰਗਾ ਲੱਗਦਾ। ਮੈਂ ਤਾਂ ਇਹੀ ਕਹਿਣਾ ਚਾਹੂੰਗੀ, ਮੇਰੇ ਕੋਲ ਤਾਂ ਜ਼ਿਆਦਾ ਗੱਲਾਂ ਨਹੀਂ। ਤਾਨੀ ਸਾਹਿਬ ਇੱਕ ਬਿਆਨ ਇਹ ਵੀ ਹੈਗਾ ਕਿ ਚੰਨੀ ਚੰਨੀ ਕਹਿ ਰਹੇ ਸੁਖਬੀਰ ਬਾਦਲ ਖੁਦ ਹੀ ਨਹੀਂ ਚਾਹੁੰਦੇ ਕਿ ਸਮਾਗਮ ਸਾਂਝੇ ਤੌਰ 'ਤੇ ਮਨਾਏ ਜਾਣ।
ਦੇਖੋ ਮੈਂ ਫਿਰ ਉਹੀ ਸਿਆਸਤ ਦੇ ਵਾਲੇ ਪਾਸੇ ਨੂੰ ਕੁਐਸਚਨ ਆ ਜਾਂਦਾ ਹੈਗਾ ਵੀ ਉਹ ਕੌਣ ਕੀ ਕਹਿੰਦਾ ਉਹ ਤਾਂ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਖੁਦ ਨੂੰ ਜਥੇਦਾਰ ਤੋਂ ਉੱਪਰ ਸਮਝਦੇ ਪਏ ਆ ਉਹ ਤਾਂ ਇਹ ਵੀ ਕਹਿ ਰਿਹਾ ਚਲੋ ਉਹਨਾਂ ਦੇ ਕਹਿਣ ਨਾਲ ਕੀ ਫਰਕ ਪੈਂਦਾ ਅੱਜ ਬਿਲਕੁਲ ਕਲੀਅਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਬਿਲਕੁਲ ਕਲੀਅਰ ਕਰਤਾ ਸਾਰਾ ਕੁਝ ਉਸ ਤੋਂ ਬਾਅਦ ਵੀ ਜੇ ਕੋਈ ਤੁਸੀਂ ਵਨ ਵੇ ਚੱਲਦੇ ਪਏ ਨਾ ਧਾਰਨੀ ਸਾਹਿਬ ਹਾਂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੀ ਗੱਲ ਕਹਿ ਰਿਹਾ ਕੈਪਟਨ ਅਮਰਿੰਦਰ ਸਿੰਘ ਵੀ ਇਹ ਗੱਲ ਕਹਿ ਰਿਹਾ ਕਿ ਅਸੀਂ ਸਾਂਝੇ ਤੌਰ ਤੇ ਸਮਾਗਮ ਬਣਾਉਣੇ ਉਹ ਵੀ ਕਹਿ ਰਹੇ ਸਾਂਝੇ ਤੌਰ ਤੇ ਸਮਾਗਮ ਬਣਾਉਣੇ ਨਹੀਂ ਨਹੀਂ ਜੋ ਸਾਂਝੇ ਸਮਾਗਮਾਂ ਦੀ ਗੱਲ ਹੁੰਦੀ ਉਦੋਂ ਸਿਆਸਤ ਆ ਜਾਂਦੀ ਵਿੱਚ ਨਹੀਂ ਅੱਜ ਉਹਨਾਂ ਦੀ ਬੜੀ ਇੰਟਰਵਿਊ ਆਈ ਹੈਗੀ ਆ ਉਹਨਾਂ ਨੇ ਸਾਰੀ ਗੱਲ ਇਕੱਲੀ ਇਕੱਲੀ ਕਲੀਅਰ ਤੁਹਾਡੇ ਚੈਨਲਾਂ ਨੂੰ ਕੀਤੀ ਹੈਗੀ ਆ ਸਵਾਲ ਮੇਰਾ ਇਹ ਹੈਗਾ ਕਿ ਢਿੱਲੋਂ ਸਾਹਿਬ ਨੇ ਗੱਲ ਕੀਤੀ ਹੈਗੀ ਆ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਇਹਨਾਂ ਨੇ ਰੈਵੋਲਿਊਸ਼ਨਰੀ ਗੱਲ ਵੀ ਕੀਤੀ ਹੈਗੀ ਚਲੋ ਮੈਂ ਇਹ ਸਮਝਦਾ ਕਿ ਗੁਰੂ ਨਾਨਕ ਵਾਜ਼ ਨੋਟ ਓਨਲੀ ਰੈਵੋਲਿਊਸ਼ਨਰੀ ਨਾਲ ਦੀ ਨਾਲ ਧਾਰਮਿਕ ਵੀ ਸੀ ਜਿੱਥੇ ਤੱਕ ਉਹਨਾਂ ਨੇ ਪਰਮਾਤਮਾ ਦੀ ਰੱਬ ਦੀ ਸਰਵ ਸ਼ਕਤੀ ਸ਼ਕਤੀਮਾਨ ਦੀ ਗੱਲ ਵੀ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕੌਣ ਹੈਗਾ ਉਹ ਕਰਤਾ ਕਿਹੜਾ ਹੈਗਾ ਉਹਦੀ ਵੀ ਗੱਲ ਕੀਤੀ ਹੈਗੀ ਮੇਰਾ ਮਸਲਾ ਕਹਿਣ ਦਾ ਇਹ ਹੈਗਾ ਕਿ ਅਸੀਂ ਲੋਕ ਦੂਸਰਿਆਂ ਨੂੰ ਨਿੰਦਣ ਦੀ ਬਜਾਏ ਈਗੋ ਵਾਲੀ ਗੱਲ ਪਰ ਆ ਜਾਈਏ ਅਸੀਂ ਚਾਹੇ ਪ੍ਰੈਸ ਵਾਲੇ ਹੈਗੇ ਹਾਂ ਚਾਹੇ ਚੈਨਲਾਂ ਵਾਲੇ ਹੈਗੇ ਹਾਂ ਅਸੀਂ ਦੱਸ ਦਿਓ ਕਿਹੜੇ ਨੇ ਅੱਜ ਤੱਕ ਇੱਕ ਵੀ ਪ੍ਰੋਗਰਾਮ ਜਿਹੜਾ ਹੈਗਾ ਇੰਟਲੈਕਚੁਅਲਸ ਨੂੰ ਬੁਲਾ ਕੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਲੋਕਾਂ ਦੇ ਵਿੱਚ ਪਹੁੰਚਾਉਣ ਦੀ ਗੱਲ ਕੀਤੀ ਹੋਵੇ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਸਾਰੇ ਵਿਕਸੇ ਦਾ ਸਾਰੇ ਤੇ ਸਵਾਲ ਕਰਦੇ ਤਾਰੀ ਸਾਹਿਬ ਸਾਰੇ ਹਾਂ ਤਾਰੀ ਸਾਹਿਬ ਚੈਨਲ ਦੇਖਿਆ ਕਰੋ ਉਂਝ ਦੇਖਿਆ ਕਰੋ ਕਿੰਨਾ ਕੁ ਚੱਲਦਾ ਪਿਆ ਹੈਗਾ ਮੈਨੂੰ ਬਾਕੀਆਂ ਦਾ ਨਹੀਂ ਪਤਾ ਹੈਗਾ ਮੈਨੂੰ ਬਾਕੀਆਂ ਦਾ ਨਹੀਂ ਪਤਾ ਤਾਰੀ ਸਾਹਿਬ ਜੇ ਉਂਗਲ ਚੱਕਣੀ ਨਾ ਤੇ ਧਿਆਨ ਨਾਲ ਚੁੱਕਿਆ ਕਰੋ ਕਿਤੇ ਉਂਗਲ ਚੱਕ ਰਿਹਾ ਦੇਖੋ ਮੇਰੀ ਗੱਲ ਸੁਣੋ ਇਹ ਚੀਜ਼ਾਂ ਦਾ ਇਹ ਪੂਰੇ ਸਾਲ ਦੇ ਵਿੱਚ ਜਦੋਂ ਗੱਲਾਂ ਕਰਦੇ ਰਹੇ ਨਾ ਕਿ ਪੂਰਾ ਸਾਲ ਸਮਾਗਮ ਚੱਲਦੇ ਰਹਿਣਗੇ ਮੈਨੂੰ ਹਾਲੇ ਤੱਕ ਇੱਕ ਸਮਾਗਮ ਨਹੀਂ ਦਿਖਿਆ ਹੈਗਾ ਮੈਨੂੰ ਸਿਰਫ ਇੱਕੋ ਗੱਲ ਲੱਗੀ ਹੈਗੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜੋੜ ਕੇ ਕਾਂਗਰਸ ਨੇ ਉਂਗਲੀ ਇਸ ਤਰ੍ਹਾਂ ਖੜੀ ਰੱਖੀ ਬਈ ਪਤਾ ਨਹੀਂ ਜੀ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕੀ ਕਰਵਾ ਲੂਗਾ ਮੈਂ ਇੱਕੋ ਗੱਲ ਕਹਿਣਾ ਹੈਗਾ ਕਿ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਮਨਾਉਣ ਵਾਸਤੇ ਇੱਕੋ ਸ਼ਰਧਾਂਜਲੀ ਹੋਊਗੀ ਦੇਖੋ ਇੱਕ ਮਿੰਟ ਗੁਰਦੁਆਰਾ ਸਾਹਿਬਾਨ ਦੇ ਵਿੱਚ ਜੇ ਕੋਈ ਕੀਰਤਨ ਕਰਕੇ ਜਿਵੇਂ ਇਹਨਾਂ ਨੇ ਗੱਲ ਕੀਤੀ ਹੈਗੀ ਚਲਾ ਜਾਂਦਾ ਹੈਗਾ ਮੈਨੂੰ ਇਹ ਲੱਗਦਾ ਹੈਗਾ ਕਿ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਗੱਲਾਂ ਕੀਤੀਆਂ ਉਹਨਾਂ ਨੂੰ ਕਿਸੇ ਸੈਕਟ ਦੀ ਲੋੜ ਨਹੀਂ ਸੀ ਕਿਸੇ ਇਕੱਠ ਦੀ ਲੋੜ ਨਹੀਂ ਸੀ ਉਹਨਾਂ ਨੇ ਇੱਕ ਇੱਕ ਬੰਦੇ ਦੇ ਨਾਲ ਵੀ ਸੰਵਾਦ ਕਰਕੇ ਆਪਣੀ ਗੱਲ ਨੂੰ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰੀ ਉਹ ਚੀਜ਼ ਹੋਣੀ ਚਾਹੀਦੀ ਨਹੀਂ ਦੱਸੋ ਫਿਰ ਸੰਵਾਦ ਵਾਲੀ ਗੱਲ ਕਾਂਗਰਸ ਨੇ ਤਾਂ ਅੱਜ ਤੱਕ ਨਹੀਂ ਕਰੀ ਪਹਿਲੇ ਵਖਰੇਵੇ ਪਾਏ ਹੋਏ ਆ ਅੱਜ ਤੱਕ ਸੰਵਾਦ ਵਾਲੀ ਗੱਲ ਹੀ ਨਹੀਂ ਕਰੀ ਕਾਂਗਰਸ ਨੇ ਪਰ ਸਮਝੀ ਸੇ ਨੀਤੀਸ਼ ਸਰਕਾਰ ਤੋਂ ਸਿੱਖਣਾ ਪਊਗਾ ਸਾਨੂੰ ਮੈਂ ਬਿਲਕੁਲ ਇਸ ਗੱਲ ਦਾ ਨਾਲ ਐਗਰੀ ਕਰਦਾ ਹਾਂ ਢਿੱਲੋਂ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਸਿੱਖਇਜ਼ਮ ਜਿਹੜਾ ਸੀ ਉਹ ਇੱਕ ਸਮਾਜਿਕ ਵਿਚਾਰਕ ਅਤੇ ਰਾਜਨੀਤਿਕ ਇਨਕਲਾਬ ਸੀਗਾ ਔਰ ਉਹਦੇ ਵਿੱਚ ਠੀਕ ਹੈ ਆਸਥਾ ਵਾਲਾ ਵੀ ਹੈ ਜੋ ਧਾਰਨ ਜੀ ਗੱਲ ਕਹਿ ਰਹੇ ਮੈਂ ਉਹਨੂੰ ਇਗਨੋਰ ਨਹੀਂ ਕਰਦਾ ਹੈਗਾ ਉਹ ਬਿਲਕੁਲ ਸੀਗਾ ਪਰ ਸਾਡੇ ਜਿਹੜੇ SGP ਸੀ ਉਹਨਾਂ ਨੇ ਸਿਰਫ ਅਤੇ ਸਿਰਫ ਆਸਥਾ ਵਾਲਾ ਲਾ ਲਿਆ ਬਾਕੀ ਸਾਰਾ ਕੁਝ ਛੱਡਤਾ ਜਿਹੜਾ ਮੇਨ ਪਲੈਂਕ ਸੀ ਜਿਹੜਾ ਮੁਕਾਬਲੇ ਵਾਲਾ ਜਿੱਥੇ ਮੁਕਾਬਲਤਨ ਵਿਚਾਰ ਮੁਕਾਬਲਤਨ ਸਮਾਜ ਜਿਹੜਾ ਕਿਹੋ ਜਿਹਾ ਹੋਊਗਾ ਐਕਸਪਲਾਈਟੇਸ਼ਨ ਤੋਂ ਫਰੀ ਔਰ ਕਿਹੋ ਜਿਹਾ ਚੰਗਾ ਰਾਜ ਹੋ ਉਹ ਸਾਰਾ ਛੱਡ ਕੇ SGPC ਨੇ ਤਾਂ ਕੰਮ ਇੱਥੇ ਰਿਡਿਊਸ ਕਰਤਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਚੜਾਵਾ ਆਵੇ ਜ਼ਿਆਦਾ ਤੋਂ ਜ਼ਿਆਦਾ ਮੌਜਾਂ ਲੱਗਣ ਜਿਹੜੀਆਂ ਰਹੀਆਂ ਪਾਰਟੀਆਂ ਉਹ ਹੁਣ ਉਸੇ ਧਰਮ ਦੇ ਨਾਂ 'ਤੇ ਉਹਨਾਂ ਦੀਆਂ ਵੋਟਾਂ ਲੈ ਕੇ ਆਪਣੀਆਂ ਮੌਜਾਂ ਕਰਨੀਆਂ ਚਾਹੁੰਦੇ ਆ ਕਿੱਥੇ ਗਈ ਕਿਤੇ ਇਮਾਨਦਾਰੀ ਨਹੀਂ ਆ ਕਿਤੇ ਕੋਈ ਕਰਨਾ ਨਹੀਂ ਚਾਹੁੰਦਾ ਸਾਰੇ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਆ ਇਸੇ ਕਰਕੇ ਜਿਹੜੀ ਇਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਢਿੱਲੋਂ ਸਾਹਿਬ ਨੇ ਮੇਰਾ ਬਿਲਕੁਲ ਉਹੀ ਖਦਸ਼ਾ ਆ ਕਿ ਸਿੱਖਇਜ਼ਮ ਬਿਲਕੁਲ ਤੁਹਾਨੂੰ ਮਿਊਜ਼ੀਅਮ 'ਚ ਮਿਲੂਗਾ ਜਿਹੜੇ ਵੀ ਸਿੱਖ ਦੇ ਅਨਿਆਈ ਜਿਹੜੇ ਵੀ ਸਿੱਖ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਉਸ ਫਲਸਫੇ 'ਤੇ ਪੈਰਾ ਦੇ ਕੇ ਉਹਨੂੰ ਕਿਵੇਂ ਅੱਗੇ ਤੋਰਨਾ ਉਹਦੀਆਂ ਸਕੀਮਾਂ ਦੇ ਤਹਿਤ ਆਉਣਾ ਚਾਹੀਦਾ ਇਹ 550ਵੇਂ ਇਹ ਪ੍ਰਕਾਸ਼ ਪੁਰਬ ਦੇ ਉੱਤੇ ਅਹਿਦ ਕਰਨਾ ਚਾਹੀਦਾ ਜੇ ਇਹਨਾਂ ਪਾਰਟੀਆਂ 'ਤੇ ਛੱਡਤਾ ਭਾਵੇਂ ਉਹ ਨਿਤਿਸ਼ ਦੀ ਪਾਰਟੀ ਆ ਕਾਂਗਰਸ ਪਾਰਟੀ ਆ ਅਕਾਲੀ ਪਾਰਟੀ ਆ ਜਾਂ SGPC ਆ ਇਹਨਾਂ 'ਤੇ ਜੇ ਛੱਡ ਦਿੱਤਾ ਇਹ ਖਤਮ ਹੋ ਜੂਗਾ ਨਹੀਂ ਠੀਕ ਹੈ ਡਟੇ ਲਓ ਕਲੋਜ਼ਿੰਗ ਰਿਮਾਰਕਸ ਤੁਹਾਡੇ ਮੈਂ ਇੱਕੋ ਹੀ ਗੱਲ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਖਾਸ ਤੌਰ 'ਤੇ ਇਹਨਾਂ ਸਰਕਾਰਾਂ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਮੌਕਾ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਇਸ ਟਾਈਮ ਦੀ ਬੈਸਟ ਯੂਟੀਲਾਈਜੇਸ਼ਨ ਗੁਰੂ ਦੇ ਚਰਨਾਂ 'ਚ ਤਾਂ ਹੀ ਹੋ ਸਕਦੀ ਹੈ ਚੰਗੀਆਂ ਕਿਤਾਬਾਂ ਜਿਹੜੀਆਂ ਆਲਰੇਡੀ ਗੁਰੂ ਨਾਨਕ 'ਤੇ ਲਿਖੀਆਂ ਜਾ ਚੁੱਕੀਆਂ ਉਹਨਾਂ ਨੂੰ ਰੀਪ੍ਰਿੰਟ ਕਰਕੇ ਤੁਸੀਂ ਦੁਨੀਆ ਦੇ ਵਿੱਚ ਵੰਡ ਦਿਓ ਮੈਂ ਇੱਕ ਮਿੰਟ ਮੈਂ ਇੱਕ ਇੱਥੇ ਤੁਹਾਨੂੰ ਕਿਤਾਬ ਦਾ ਸੁਜੈਸ਼ਨ ਦੇ ਰਿਹਾ ਇੱਕ B40 ਕਿਤਾਬ ਆ ਗੁਰੂ ਨਾਨਕ ਦੀ ਬਾਇਓਗ੍ਰਾਫੀ
ਉਹ ਇਸ ਕਰਕੇ ਹੈ ਕਿਉਂਕਿ ਉਹਦਾ ਟਾਈਟਲ ਨਹੀਂ ਸੀ, ਅੰਗਰੇਜ਼ ਇੱਥੋਂ ਲੈ ਗਏ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ, ਉਹਦਾ ਐਕਸੈਸ਼ਨ ਨੰਬਰ ਆ B40। ਉਹ ਆਲਮ ਰਾਜ ਉਹ ਮਿਸਤਰੀ ਸੀ ਕੋਈ ਬੰਦਾ, ਉਸ ਬੰਦੇ ਨੇ 1771 ਦੇ ਵਿੱਚ ਉਹ ਪੇਂਟਿੰਗਸ ਕੀਤੀਆਂ ਗੁਰੂ ਨਾਨਕ ਦੀਆਂ, ਰਾਈਟ ਫਰੋਮ ਹਿਸ ਬਰਥ ਡਾਊਨ ਅਪ ਟੂ ਦੀ ਟਾਈਮ ਵੈਨ ਹੀ ਵੈਂਟ ਟੂ ਦੀ ਨੈਕਸਟ ਵਰਲਡ। ਉਹ ਪੇਂਟਿੰਗਸ ਇੰਨੀਆਂ ਪਾਵਰਫੁੱਲ ਆ, ਇੰਨੀਆਂ ਅੱਛੀਆਂ ਔਰ ਇੰਨੀਆਂ ਮੈਸੇਜ ਗਿਵਿੰਗ ਆ, ਜਿਹੜੀਆਂ ਦੁਨੀਆ ਉਹ ਜੇ ਤੁਸੀਂ ਉਹਨਾਂ ਨੂੰ ਦੂਸਰੇ ਪਾਸੇ ਦਿਖਾਓਗੇ ਨਾ ਲਿਖਤ ਦੇ ਵਿੱਚ, ਲਿਖਤ ਰੂਪ ਦੇ ਵਿੱਚ ਲੋਕਾਂ ਨੂੰ ਕਈ ਵਾਰੀ ਪੜ੍ਹਨ ਦੀ ਦਿੱਕਤ ਆਉਂਦੀ ਆ, ਇੱਕ ਤਸਵੀਰ ਹਜ਼ਾਰ ਸ਼ਬਦ ਦਾ ਬਰਾਬਰ। ਯੈਸ, ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਉਹਦੇ 'ਚ ਦੋ ਐਗਜ਼ਾਮਪਲਾਂ ਦੇਣਾ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ। ਉਹਦੇ ਵਿੱਚ ਇੱਕ ਆਮ ਧਾਰਨਾ ਬਣਾਈ ਜਾਂਦੀ ਹੈ ਨਾ ਵੀ ਗੁਰੂ ਨਾਨਕ ਦਾ ਗੁਰੂ ਕਬੀਰ ਸੀ, ਲੇਕਿਨ ਉਸਨੇ ਪੇਂਟਿੰਗਸ ਦਿਖਾਇਆ ਕਬੀਰ ਸਾਹਿਬ ਨੀਚੇ ਬੈਠੇ ਆ, ਗੁਰੂ ਨਾਨਕ ਸਾਹਿਬ ਉੱਪਰ ਬੈਠੇ ਆ। ਦੈਟ ਇਜ਼ ਇੰਡੀਕੇਟਿਵ ਆਫ ਦੀ ਫੈਕਟ ਦੈਟ ਦੀ ਗੁਰੂ ਨਾਨਕ ਹੈਜ਼ ਏ ਹਾਇਰ ਸਟੇਟ ਹੈਡ ਏ ਹਾਇਰ ਸਟੇਟਸ ਦੈਨ ਕਬੀਰ ਐਂਡ ਇਟ ਇਜ਼ ਐਕਸੈਪਟਡ ਬਾਈ ਕਬੀਰ। ਦੂਸਰੀ ਇੰਪੋਰਟੈਂਟ ਗੱਲ ਇਹ ਕਹੀ ਜਾਂਦੀ ਆ ਆਮ ਅੱਜ ਤੱਕ ਵੀ ਧਾਰਨਾ ਵੀ ਗੁਰੂ ਨਾਨਕ ਦਾ ਗੁਰੂ ਕੌਣ ਸੀ, ਇਹ ਕੁਸਚਨ ਹੈ। ਉਹ ਜਵਾਬ ਦਿੰਦਾ ਆਪਣੀ ਪੇਂਟਿੰਗਸ ਦੇ ਵਿੱਚ ਜਿਹੜਾ ਆਲਮ ਰਾਜ ਆ, ਉਹ ਕਹਿੰਦਾ ਵੀ ਗੁਰੂ ਨਾਨਕ ਨੇ ਇਹ ਗੱਲ ਕਹੀ ਕਿ ਮੇਰਾ ਗੁਰੂ ਮੇਰੇ ਪੇਟ 'ਚੋਂ ਪੈਦਾ ਹੋਏਗਾ। ਕਿਵੇਂ? ਗੁਰੂ ਨਾਨਕ ਨੇ ਅਖੀਰਲੀ ਉਮਰ ਦੇ ਵਿੱਚ ਲਹਿਣਾ ਜੀ ਨੂੰ ਅੰਗਦ ਬਣਾ ਕੇ ਗੁਰੂ ਬਣਾ ਦਿੱਤਾ। ਉਹਨਾਂ ਨੇ ਕਿਹਾ ਹੁਣ ਤੂੰ ਮੇਰਾ ਗੁਰੂ ਆ ਅਤੇ ਮੈਂ ਤੇਰਾ ਸ਼ਿਸ਼, ਮੈਂ ਤੇਰਾ ਫਾਲੋਅਰ। ਤੋ ਇਹ ਗੱਲ ਬੜੀ ਇੰਪੋਰਟੈਂਟ ਹੈਗੀ ਆ ਕਿ ਉਸ ਨੇ ਇੱਕ ਐਸੀ ਕੰਟਰੋਵਰਸੀ ਜਿਹੜੀ ਆਮ ਲੋਕਾਂ ਦੀਆਂ ਯੂਨੋ ਮਾਨਸਿਕਤਾ ਦੇ ਵਿੱਚ ਸੀ ਕਿ ਗੁਰੂ ਨਾਨਕ ਦਾ ਗੁਰੂ ਕੌਣ, ਗੁਰੂ ਨਾਨਕ ਦਾ ਗੁਰੂ ਤਾਂ ਅੰਗਦ ਹੋ ਗਿਆ। ਤੋ ਇਹ ਗੱਲ ਮਤਲਬ ਉਸਨੇ ਬੜੀ ਕਲੀਅਰਲੀ ਐਸਟੈਬਲਿਸ਼ ਕਰਤੀ ਥਰੂ ਹਿਸ ਪੇਂਟਿੰਗਸ, ਔਰ ਉਹ ਬਹੁਤ ਦੇਰ ਤੱਕ ਜਿਹੜੀ B40 ਆ ਉਹ ਛਿਪੀ ਰਹੀ ਮਿਊਜ਼ੀਅਮ ਦੇ ਵਿੱਚ। ਪਰ ਕੁਛ ਦੇਰ ਪਹਿਲਾਂ ਗੁਰੂ ਨਾਨਕ ਯੂਨੀਵਰਸਿਟੀ ਨੇ ਉਸ ਨੂੰ ਰੀਪ੍ਰਿੰਟ ਕਰ ਦਿੱਤਾ। ਮੈਂ ਚਾਹੁੰਦਾ ਕਿ ਉਹ ਆਈਡੀਓਲੋਜੀਕਲੀ ਥੀਮੈਟਿਕਲੀ ਗੁਰੂ ਨਾਨਕ ਦੇ ਸਿਧਾਂਤ ਦੇ ਬਹੁਤ ਕਲੋਜ਼ ਆ, ਔਰ ਉਸ ਦਾ ਰੀਪ੍ਰਿੰਟ ਕਰਕੇ ਮੈਂ ਸਮਝਦਾ ਦੁਨੀਆ 'ਚ ਵੰਡਿਆ ਜਾਵੇ ਜਾਂ ਥੋੜ੍ਹੀ ਉਹਦੀ ਸਿਆਸੀ ਪ੍ਰਚਾਰ ਦੀ ਬਜਾਏ ਸਾਹਿਤ ਦਾ ਪ੍ਰਚਾਰ ਕਰਾ। ਗੁਰੂ ਗੋਬਿੰਦ ਸਿੰਘ ਦਾ ਵੀ ਵਾਹ ਵਾਹ, ਗੁਰੂ ਗੋਬਿੰਦ ਸਿੰਘ ਆਪੇ ਗੁਰ ਆਪੇ ਚੇਲਾ, ਇਹੀ ਫਿਲਾਸਫੀ। ਚਲੋ ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ, ਬੜੀਆਂ ਚੰਗੀਆਂ ਗੱਲਾਂ ਕੀਤੀਆਂ ਤੁਸੀਂ ਰਸਮ ਜੀ ਸਿੰਘ, ਤੁਹਾਡਾ ਬਹੁਤ ਧੰਨਵਾਦ, ਡਾਕਟਰ ਜੀ ਤੁਹਾਡਾ ਬਹੁਤ ਧੰਨਵਾਦ, ਤਾਰਨੀ ਸਾਹਿਬ ਮੈਂ ਵਕਤ ਨਹੀਂ ਦੇ ਸਕਿਆ ਕਿ ਤੁਹਾਨੂੰ, ਤੁਹਾਡਾ ਬਹੁਤ ਧੰਨਵਾਦ, ਸਿਮਰਨ ਸਾਹਿਬਪਾਲ ਤੁਹਾਡਾ ਬਹੁਤ ਧੰਨਵਾਦ। ਕੁੱਲ ਮਿਲਾ ਕੇ ਸਾਨੂੰ ਉਸ ਸਾਹਿਤ ਨੂੰ ਪੜ੍ਹਨਾ ਪਵੇਗਾ, ਉਸ ਸਾਹਿਤ ਨੂੰ ਸਮਝਣਾ ਪਵੇਗਾ, ਤਾਂ ਹੀ ਅਸੀਂ ਸੇਧ ਲੈ ਸਕਦੇ ਹੈਗੇ। ਜੇ ਅਸੀਂ ਸਿਆਸਤ ਨੂੰ ਸਮਝਣ ਲੱਗ ਜਾਵਾਂਗੇ ਸ਼ਾਇਦ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਅਸੀਂ ਭਟਕ ਜਾਵਾਂਗੇ। ਜੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝਣਾ ਤਾਂ ਗੁਰੂ ਨਾਨਕ ਨੂੰ ਪੜ੍ਹਨਾ ਪਵੇਗਾ। ਬਹੁਤ ਧੰਨਵਾਦ।